देशवा पर मोहे है शुभ कर्मन्ते कभो न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਅਸੀਂ ਆਪ ਜੀ ਦੀ ਸੇਵਾ ਵਿੱਚ 398 ਭਾਗ ਇਸ ਪ੍ਰੋਗਰਾਮ ਦੇ ਪੇਸ਼ ਕਰ ਚੁੱਕੇ ਹਾਂ ਅਤੇ 399 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਅਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰ ਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਦਿੰਦੇ ਹਨ। ਵੀਰ ਜੀ ਨੂੰ ਜੀ ਐਂ ਆਖਦੇ ਹਾਂ, ਸਵਾਗਤ ਕਰਦੇ ਹਾਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਜਿਹੜਾ ਇੰਨਾ ਲੰਬਾ ਚੱਲਿਆ ਸਿਰਫ ਇਸ ਕਰਕੇ ਚੱਲਿਆ ਕਿ ਵੀਰ ਜੀ ਨੇ ਬਹੁਤ ਮਿਹਨਤ ਕੀਤੀ, ਇਸ ਪ੍ਰੋਗਰਾਮ ਨੂੰ ਤਿਆਰ ਕਰਕੇ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਅਤੇ ਆਪ ਸੰਗਤਾਂ ਨੇ ਸਹਿਯੋਗ ਦਿੱਤਾ। ਜਿੰਨੇ ਪਿਆਰ ਅਤੇ ਸਤਿਕਾਰ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਵੇਖਦੇ ਹੋ, ਸੁਣਦੇ ਹੋ, ਪਸੰਦ ਕਰਦੇ ਹੋ ਅਤੇ ਫੀਡਬੈਕ ਦਿੰਦੇ ਹੋ, ਕਿਉਂਕਿ ਪ੍ਰੋਗਰਾਮ ਕਰਨ ਦਾ ਆਨੰਦ ਵੀ ਤਾਂ ਬਣਦਾ ਹੈ ਜਦੋਂ ਕਿ ਸੰਗਤਾਂ ਇਸ ਨੂੰ ਪਸੰਦ ਕਰਦੀਆਂ ਹੋਣ। ਵੀਰ ਜੀ, ਪਿਛਲੇ ਐਪੀਸੋਡ ਵਿੱਚ ਤੁਸੀਂ ਦੱਸ ਰਹੇ ਸੀ ਕਿ ਸਤਿਗੁਰੂ ਜੀ ਕੁਰਕਸ਼ੇਤਰ ਦੇ ਗਏ ਸੂਰਜ ਗ੍ਰਹਿਣ ਦੇ ਮੇਲੇ 'ਤੇ, ਪਰ ਕਈਆਂ ਨੇ ਇਸ ਗੱਲ ਨੂੰ ਵੀ ਬਹੁਤ ਪੁੱਠੇ ਤਰੀਕੇ ਨਾਲ ਕਹਿ ਰਹੀ ਹੈ, ਉਲਟੇ ਤਰੀਕੇ ਨਾਲ ਕਹਿ ਰਹੀ ਹੈ, ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਸਤਿਗੁਰੂ ਜੀ ਦਾ ਮਕਸਦ ਤੁਸੀਂ ਦੱਸਿਆ ਕਿ ਸਤਿਗੁਰੂ ਜੀ ਕਿਸ ਕਰਕੇ ਉਸ ਜਗ੍ਹਾ 'ਤੇ ਗਏ ਸੀ, ਇਹਦੇ ਬਾਰੇ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਈ। ਉਸ ਤੋਂ ਬਾਅਦ ਉਸ ਮੇਲੇ ਦੇ ਵਿੱਚ ਕੀ ਕੁਛ ਵਾਪਰਿਆ ਜਾਂ ਸਤਿਗੁਰੂ ਜੀ ਨੇ ਹੋਰ ਕੀ ਸਮਝਾਉਣੀ ਕੀਤੀ ਸੰਗਤਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਸੰਗਤਾਂ ਨੂੰ, ਇਹਦੇ ਬਾਰੇ ਤੁਸੀਂ ਅੱਜ ਦੇ ਐਪੀਸੋਡ ਵਿੱਚ ਜਿਹੜੀ ਆ ਉਹ ਤੁਸੀਂ ਸਾਂਝ ਪਾਓ। ਕੁਰਕਸ਼ੇਤਰ ਵਾਲਾ ਕਾਂਡ ਮੇਰਾ ਖਿਆਲ ਲੰਬਾ ਹੋ ਗਿਆ ਜੀ ਜੀ, ਹਾਂਜੀ, ਐਪੀਸੋਡ ਸਾਨੂੰ ਕਰਨੀ ਪੈ ਰਹੀ ਗੱਲ, ਹਾਂਜੀ। ਔਰ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਤੁਹਾਡੇ ਜਿਹੜੇ ਸਵਾਲ ਸੀਗੇ ਉਹਨਾਂ ਦੀ ਗੱਲ ਕਰਦਿਆਂ ਕਰਦਿਆਂ ਗੱਲ ਕੀਤੀ, ਨਾਲ ਕੁਰਕਸ਼ੇਤਰ ਦਾ ਇਤਿਹਾਸ ਅਚੇਤ ਹੀ ਦੱਸਿਆ ਜੀ 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 ਜੀ, ਕਿਉਂ ਬੜਾ ਜ਼ਰੂਰੀ ਸੀ, ਹਾਂਜੀ। ਔਰ ਉਹਦੇ ਇਤਿਹਾਸ ਨਹੀਂ ਪੂਰਾ ਦੱਸਿਆ, ਕੁਰਕਸ਼ੇਤਰ ਦਾ ਤਾਂ ਇਤਿਹਾਸ ਐਡਾ ਵੱਡਾ ਆ ਜੀ ਕਿ ਕੁਰਕਸ਼ੇਤਰ ਦਾ ਹੀ ਮੈਦਾਨ ਸੀ ਜਿੱਥੇ ਗੀਤਾ ਚਾਰਨ ਹੋਈ ਜੀ ਜੀ, ਹਾਂਜੀ। ਗੀਤਾ ਮਹਾਂਭਾਰਤ ਦੇ ਵਿੱਚ ਇੱਕ ਪੂਰਾ ਅਧਿਆਇ ਆ ਜੀ, ਜਦੋਂ ਅਰਜਨ ਹਥਿਆਰ ਸੁੱਟ ਦਿੰਦਾ ਆ, ਹਾਂਜੀ, ਕਿ ਮੋਹਰੇ ਮੇਰੇ ਹੀ ਭਾਈ ਬੰਦੇ ਆ ਜੀ, ਚਾਚੇ ਤਾਇਆਂ ਦੇ ਪੁੱਤੇ ਜੇ, ਚਾਚੇ ਤਾਇਆਂ ਜਿਹਨੇ ਮੈਂ ਮਾਰਨਾ ਉਹ ਵੀ ਮੇਰੇ ਆਪਣੇ, ਉਹ ਵੀ ਮੇਰੇ ਆਪਣੇ, ਤੇ ਮੈਂ ਇਹਨਾਂ ਖਿਲਾਫ ਕਿੱਦਾਂ ਜੰਗ ਲੜਨਾ, ਕਿੱਦਾਂ ਤੀਰ ਚਲਾਵਾਂ ਜੀ। ਤੇ ਉਹਨੂੰ ਸਮਝਾਉਣੀ ਦੇਣ ਲਈ ਜਿਹੜਾ ਸਮੇਂ ਦਾ ਅਵਤਾਰ ਉਸ ਸਮੇਂ ਦਾ ਕ੍ਰਿਸ਼ਨ ਆ ਜੀ, ਉਹ ਅਰਜਨ ਨੂੰ ਸਿੱਖਿਆ ਦਿੰਦਾ ਹਾਂਜੀ ਕਿ ਇਹ ਤਾਂ ਮਰੇ ਹੀ ਹੋਏ ਆ ਜੀ, ਜਦੋਂ ਇਹਨਾਂ ਦੇ ਜ਼ਮੀਰਾਂ ਮਰ ਗਏ, ਜਦੋਂ ਬੇਇਨਸਾਫੀ ਤੇ ਉਤਰ ਆਇਆ, ਜਦੋਂ ਕਿਸੇ ਦਾ ਹੱਕ ਮਾਰਨ ਲੱਗ ਪਿਆ, ਮਰ ਗਿਆ, ਮਰੇ ਆ ਹਾਂਜੀ, ਮਰਿਆਂ ਦਾ ਕੀ ਮਾਰਨਾ, ਤੈਨੂੰ ਮੈਂ ਮਾਣ ਦੇ ਰਿਹਾ ਭਗਵਾਨ ਹੋਣ ਦੇ ਨਾਤੇ ਜੀ, ਉੱਥੇ ਭਗਵਾਨ ਦੇ ਤੌਰ 'ਤੇ ਕਿਸੇ ਬੋਲਿਆ ਕਿ ਮੈਂ ਤੈਨੂੰ ਮਾਣ ਦੇ ਰਿਹਾ, ਸਿਰਫ ਤੂੰ ਦੇਖ ਲਿਆ ਤਾਂ ਮਰੇ ਹੀ ਹੋਏ ਆ ਜੀ ਜੀ, ਦਿਖਾਤਾ, ਪਰ ਤੈਨੂੰ ਮੈਂ ਸਿਰਫ ਮਾਣ ਦੇ ਰਿਹਾ ਆ, ਤੇਰੇ ਹੱਥ 'ਚ ਮੈਂ ਤੀਰ ਕਮਾਨ ਫੜਾਇਆ ਆ ਜੀ, ਪਰ ਕਰਤਾ ਤਾਂ ਮੈਂ ਆਪ ਕਰਤਾ ਨਹੀਂ ਹੈਗਾ, ਕਰਤਾ ਪਰਮਾਤਮਾ ਆ, ਮੈਂ ਆਪ ਹੀ ਹਾਂ, ਮੈਂ ਪਰਮਾਤਮਾ ਦਾ ਰੂਪ ਹੈ, ਉਹਦਾ ਅਵਤਾਰ ਆ, ਇਹ ਕ੍ਰਿਸ਼ਨ ਦੇ ਬੋਲ ਆ ਗੀਤਾ ਦੇ ਵਿੱਚ ਜੀ ਜੀ। ਔਰ ਗੀਤਾ ਦਾ ਜਿਹੜਾ ਅਧਿਐਨ ਆ ਉਹ ਮਰੇ ਹੋਏ ਬੰਦੇ ਨੂੰ ਜਿਹੜੀ ਇੱਕ ਤਰ੍ਹਾਂ ਦੀ ਬਿਰਤੀ ਮਰ ਚੁੱਕੀ ਆ ਕਿ ਮੈਂ ਲੜਨਾ ਨਹੀਂ, ਉਹਨੂੰ ਦੁਬਾਰਾ ਯੋਧਾ ਬਣਾ ਖੜਾ ਕਰ ਦਿੰਦਾ ਜੀ, ਔਰ ਯੋਧਾ ਬਣਾ ਕੇ ਖੜਾ ਹੀ ਨਹੀਂ ਕਰਦਾ ਜੀ, ਉਹਨੂੰ ਜਿੱਤ ਵੀ ਦਵਾਉਂਦਾ, ਜਿੱਤ ਵੀ ਦਵਾਉਂਦਾ ਹਾਂਜੀ, ਫਤਿਹ ਤੱਕ ਲੜਾਉਂਦਾ ਕ੍ਰਿਸ਼ਨ ਜੀ, ਔਰ ਉਸ ਹਾਲਤ 'ਚ ਵੀ ਲੜਾਉਂਦਾ ਜਦੋਂ ਉਹਦਾ ਪੁੱਤਰ ਅਭਿਮਨੂ ਜੀ ਸ਼ਹੀਦ ਹੋ ਜਾਂਦਾ ਹਾਂਜੀ, ਸ਼ਬਦ ਹੀ ਵਰਤਣਾ ਚਾਹੀਦਾ ਜੀ ਜੀ, ਵੀਰਗਤੀ ਨੂੰ ਪ੍ਰਾਪਤ ਹੋ ਜਾਂਦਾ, ਉਹਨਾਂ ਸ਼ਬਦ ਵੀਰਗਤੀ ਆ, ਵੀਰਗਤੀ ਨੂੰ ਪ੍ਰਾਪਤ ਹੋ ਜਾਂਦਾ ਜੀ, ਔਰ ਮਾਰਦੇ ਕੌਣ ਆ, ਉਹੋ ਹੀ ਜਿਹੜੇ ਕਹਿੰਦੇ ਸੀਗੇ ਵੀ ਜੇ ਆਪਣੇ ਜਿਹਨਾਂ ਦੇ ਮੈਂ ਤੀਰ ਨਹੀਂ ਚੱਕਣੇ ਜੀ, ਉੱਥੇ ਉਹਨਾਂ ਦੇ ਤੀਰ ਚੱਕਿਆ ਵੀ ਨਹੀਂ ਜਾ ਸਕਦਾ ਸੀ ਅਰਜਨ ਤੋਂ, ਜਦ ਤੱਕ ਉਹਦੇ 'ਤੇ ਵਾਰ ਨਾ ਜਾਏ, ਜਦੋਂ ਅਰਜਨ ਦੇ ਪੁੱਤਰ ਨੂੰ ਮਾਰ ਦਿੱਤਾ ਜੀ, ਦਰੁਣਾਚਾਰਿਆਂ ਨੇ, ਕਿਰਪਾਚਾਰਿਆਂ ਨੇ, ਦੁਰਯੋਧਨ ਨੇ, ਦੁਸ਼ਾਸਨ ਨੇ, ਸ਼ਗਨੀ ਨੇ, ਇਹਨਾਂ ਸਾਰਿਆਂ ਯੋਧਿਆਂ ਨੇ ਇਕੱਠੇ ਹੋ ਜਦੋਂ ਉਹਦੇ ਪੁੱਤਰ ਨੂੰ ਮਾਰਤਾ ਚੱਕਰ ਵਿੱਚ ਘੇਰ ਕੇ, ਉਦੋਂ ਬਾਅਦ 'ਚ ਉਹਨੇ ਇਕੱਲੇ ਇਕੱਲੇ ਕਰਕੇ ਸਾਰੇ ਮਾਰੇ ਜੀ, ਉਹਨੂੰ ਵੀ ਆਪਣਿਆਂ ਨੇ ਮਾਰਿਆ, ਉਹਨੂੰ ਵੀ ਆਪਣੇ ਆਪਣਿਆਂ ਨੇ ਮਾਰਿਆ, ਵੀ ਇਹਨਾਂ ਦੀ ਮਰੀ ਹੋਈ ਬਿਰਤੀ ਆ, ਜੇ ਇਹਨਾਂ ਦੀ ਬਿਰਤੀ ਇੰਨੀ ਮਰ ਚੁੱਕੀ ਆ ਕਿ ਜੇ ਇਹਨਾਂ ਤੂੰ ਨਹੀਂ ਮਾਰੇਗਾ, ਇਹ ਹਰ ਚੰਗੀ ਬਿਰਤੀ ਵੱਲੋਂ ਮਾਰ ਦਿੰਦੇ, ਭਾਵੇਂ ਉਹ ਇਹਨਾਂ ਦਾ ਪੁੱਤਰ ਹੋਵੇ ਅਤੇ ਭਾਵੇਂ ਭਤੀਜਾ ਹੋਵੇ, ਇਹ ਮਾਰਨੇ ਬਣਦੇ ਆ ਜੀ ਜੀ। ਇਹ ਜਿਹੜੀ ਗੀਤਾ ਦੀ ਸਿੱਖਿਆ ਸੀਗੀ, ਔਰ ਜਿੰਨੀ ਹਿੰਦੁਸਤਾਨ ਨੂੰ ਗੁਰੂ ਗੋਬਿੰਦ ਸਿੰਘ ਦੇ ਵੇਲੇ ਲੋੜ ਸੀਗੀ, ਉੰਨੀ ਤਾਂ ਕਿਸੇ ਤਮੇ ਵੀ ਲੋੜ ਨਹੀਂ ਸੀ, ਮਰ ਚੁੱਕੀਆਂ ਸੀ ਜ਼ਮੀਰਾਂ, ਜ਼ਮੀਰਾਂ ਮਰ ਚੁੱਕੀਆਂ ਸੀ ਹਾਂਜੀ।
ਸਤਿਗੁਰੂ ਜੀ ਉਹਨਾਂ ਦੇ ਵਿਰਸੇ ਨਾਲ ਜੋੜ ਕੇ ਉਹਨਾਂ ਨੂੰ ਵੀ ਖੜਾ ਕਰਨਾ ਚਾਹੁੰਦੇ ਸਨ ਕਿ ਉਹ ਬੰਦਾ ਜਦੋਂ ਵੀ ਖੜਾ ਹੋਏਗਾ ਆਪਣੀ ਪਿਰਤ ਨਾਲ ਜੋੜ ਕੇ ਖੜਾ ਹੋਵੇਗਾ, ਵਿਰਸੇ ਨਾਲ ਜੋੜ ਕੇ ਖੜਾ ਹੋਵੇਗਾ, ਬੰਦੇ ਨੂੰ ਬੰਦੇ ਦੀ ਕੌਮ ਦੀ ਤਾਕਤ ਉਹਦੀਆਂ ਪਿਰਤਾਂ 'ਚ ਆ, ਉਹਦੇ ਵਿਰਸੇ 'ਚ ਆ, ਤਰਕ 'ਚ ਨਹੀਂ। ਜੀ ਜੀ ਜੀ, ਤੁਸੀਂ ਜਿੰਨੇ ਮਰਜ਼ੀ ਤਰਕ ਲਾਈ ਚੱਲੋ ਬੰਦਾ ਖੜਾ ਨਹੀਂ ਹੋਏਗਾ, ਪਰ ਜੇ ਬੰਦੇ ਦਾ ਕਿਤੇ ਵਿਰਸੇ ਨਾਲ ਜੋੜ ਦਿਓ ਬੰਦੇ ਨੂੰ, ਤਾਂ ਬੰਦਾ ਖੜਾ ਹੋ ਜਾਏਗਾ। ਵਿਰਸੇ 'ਚ ਕੋਈ ਚੀਜ਼ ਹੋਵੇ ਤਾਂ, ਜੀ ਜੀ ਜੀ, ਕਿਉਂਕਿ ਉਹਦੇ ਉਹ ਵਿਰਸੇ 'ਚ ਬੈਠੀ ਹੁੰਦੀ, ਪਿਰਤ 'ਚ ਕੋਈ ਚੀਜ਼ ਹੋਵੇ ਤਾਂ। ਸਤਿਗੁਰ ਨੇ ਪੂਰੇ ਹਿੰਦੁਸਤਾਨੀ ਸਮਾਜ ਨੂੰ ਜਗਾਉਣ ਦੇ ਲਈ, ਹਾਂਜੀ, ਇੱਕ ਕਾਇਰਾਂ ਨੂੰ, ਰਿੜਦਿਆਂ ਹੋਇਆਂ ਨੂੰ, ਗੰਡੋਇਆਂ ਦੀ ਜ਼ਿੰਦਗੀ ਜੀ ਰਿਹਾ। ਗੰਡੋਆ ਸ਼ਬਦ ਮੈਨੂੰ ਆ ਗਿਆ, ਬੜਾ ਪਿਆਰਾ ਸ਼ਬਦ ਹੈ। ਹਾਂਜੀ, ਗੰਡੋਆ ਕੀ ਹੁੰਦਾ ਬੋਲੋ ਜੀ? ਹਾਂਜੀ, ਮਿੱਟੀ ਦਾ, ਮਿੱਟੀ ਦਾ, ਮਿੱਟੀ ਦਾ ਹੀ ਇੱਕ ਤਰ੍ਹਾਂ ਦਾ ਰੇਂਗਦਾ ਹੋਇਆ ਕੀੜਾ ਹੁੰਦਾ, ਕੀੜਾ ਹੁੰਦਾ ਆ, ਮਿੱਟੀ 'ਚ ਪੈਦਾ ਹੁੰਦਾ ਆ, ਔਰ ਪਾਣੀ ਤੇ ਮਿੱਟੀ ਜੁੜ ਕੇ ਬਣ ਜਾਂਦਾ ਉਹ। ਔਰ ਤੁਸੀਂ ਬਚਪਨ 'ਚ ਸ਼ਾਇਦ ਕਿਤੇ ਕਰਕੇ ਦੇਖਿਆ ਹੋਵੇ, ਜਦੋਂ ਮੀਂਹ ਬਹੁਤ ਪੈਂਦੇ, ਮੀਂਹ ਬਹੁਤ ਪੈਂਦਾ, ਨਿਕਲਦੇ ਬਾਹਰ ਤੇ ਨਿਆਣੇ ਜਾ ਕੇ ਉਹਨਾਂ ਤੇ ਲੂਣ ਸਿੱਟਦੇ ਆ। ਜੀ ਜੀ, ਹਾਂਜੀ, ਤੇ ਜਦੋਂ ਗੰਡੋਏ ਤੇ ਲੂਣ ਪੈਂਦਾ ਖੁਰ ਜਾਂਦਾ ਉਹ ਪਾਣੀ, ਬਿਲਕੁਲ ਪਾਣੀ 'ਚ ਮਿਲ ਜਾਂਦਾ, ਮਿੱਟੀ ਮਿੱਟੀ ਮਿਲ ਜਾਂਦੀ, ਦੋ ਹੀ ਤੱਤ ਹੁੰਦੇ ਉਹਦੇ, ਇਦਾਂ ਕਰੋ। ਮਨੁੱਖ ਪੰਜ ਤੱਤ ਦੀ ਰਚਨਾ ਹੈ ਜੀ, ਤੇ ਮਿੱਟੀ ਦੇ ਪਾਣੀ ਤੋਂ ਪੈਦਾ ਹੋਇਆ, ਉੱਤੇ ਲੂਣ ਪਿਆ ਤੇ ਲੂਣ ਦੇ ਨਾਲ ਖੁਰ ਗਿਆ ਜੀ, ਖਾਰ ਪਈ, ਉਹਨੇ ਖੁਰਤਾ ਉਹਨੂੰ, ਤੇ ਮਿੱਟੀ ਮਿੱਟੀ 'ਚ ਮਿਲ ਗਈ, ਪਾਣੀ ਪਾਣੀ 'ਚ ਮਿਲ ਗਿਆ, ਗੰਡੋਆ ਗੋਲਾ ਨਹੀਂ ਰਹਿੰਦਾ, ਯਾਨੀ ਇੰਨੀ ਕੁ ਹਸਤੀ ਉਹਦੀ ਆ। ਜੀ ਜੀ ਜੀ, ਔਰ ਜਿਹੜਾ ਮਨੁੱਖ ਜਿਹਦੀ ਜ਼ਮੀਨ ਮਰ ਗਈ, ਗੰਡੋਇਆ ਵਰਗੀ ਜ਼ਿੰਦਗੀ ਜੀਂਦਾ, ਉਹ ਜਦ ਤੱਤ ਹੀ ਮਰ ਗਿਆ ਅੰਦਰੋਂ, ਜ਼ਮੀਰਾਂ ਮਰ ਗਈਆਂ, ਅਤੇ ਗੰਡੋਇਆਂ ਵਾਂਗੂ ਰੀਂਗ ਕੇ ਜੀਣ ਵਾਲੇ ਲੋਕ ਸਨ, ਲੂਣ ਦੀ ਡਲੀ ਨਾਲ ਖੁਰ ਜਾਂਦੇ ਸਨ ਜੀ, ਉਹਨਾਂ ਲੋਕਾਂ ਨੂੰ ਸਤਿਗੁਰ ਨੇ ਜਾ ਕੇ ਦੁਬਾਰਾ ਖੜਾ ਕਰਨਾ ਸੀਗਾ। ਹਾਂਜੀ ਹਾਂਜੀ, ਅਤੇ ਉਹਨਾਂ ਨੂੰ ਪਿਰਤਾਂ ਨਾਲ ਜੋੜ ਕੇ ਖੜਾ ਕੀਤਾ ਜਾ ਸਕਦਾ, ਸਤਿਗੁਰ ਨੇ ਖੜਾ ਕੀਤਾ ਉਹਨਾਂ ਨੂੰ ਦੁਬਾਰਾ, ਪਰ ਉਹਨਾਂ ਦੀ ਪਿਰਤਾਂ ਨਾਲ ਜੋੜ ਕੇ, ਕਦੀ ਕ੍ਰਿਸ਼ਨਾ ਅਵਤਾਰ 'ਚੋਂ ਕੋਈ ਉਦਾਹਰਣ ਹੈ, ਕਦੀ ਰਾਮਾ ਅਵਤਾਰ 'ਚੋਂ ਕੋਈ ਉਦਾਹਰਣ ਹੈ, ਕਦੀ ਮਾਰਕੰਡੇ ਪੁਰਾਣ ਦੀ ਚੰਡੀ ਦੀ ਵਾਰ 'ਚੋਂ ਕੋਈ ਉਦਾਹਰਣ ਹੈ, ਸਾਰੀਆਂ ਉਦਾਹਰਨਾਂ ਦੇ ਦੇ ਕੇ ਖੜੇ ਕੀਤਾ, ਨਾਲ ਸਤਿਗੁਰ ਦੀ ਆਪਣੀ ਬਲਸ਼ਾਲੀ ਸ਼ਖਸੀਅਤ, ਪਰਮਾਤਮਾ ਦੀਆਂ ਰੱਬੀ ਸ਼ਕਤੀਆਂ ਜਿਹਦੀਆਂ ਨਾਲ ਗੁਰੂ ਦੇ ਕੰਮ ਕਰਦੀਆਂ, ਉਹ ਸਾਰੀਆਂ ਨੇ ਇਕੱਠੇ ਕਰਕੇ ਖੜਾ ਕੀਤਾ। ਪਿਰਤਾਂ ਨਾਲ ਜੋੜਨਾ, ਵਿਰਸੇ ਨਾਲ ਜੋੜਨਾ, ਪਰ ਨਾਲ ਸਤਿਗੁਰ ਦੀ ਜਿਹੜੀ ਉਹ ਪੂਰੀ ਬਲਸ਼ਾਲੀ ਸ਼ਖਸੀਅਤ ਉਹ ਵੀ ਨਾਲ ਜੁੜੀ ਆ ਜੀ। ਸਤਿਗੁਰੂ ਨੇ ਉੱਥੇ ਆਮ ਲੋਕਾਂ ਦੇ ਵਿੱਚ ਜਾ ਕੇ ਜੋੜਨਾ, ਬਿਲਕੁਲ ਬਿਲਕੁਲ, ਕਿਉਂਕਿ ਜਿਹੜੀ ਚੀਜ਼ ਨੂੰ ਕੋਈ ਸਮਝ ਸਕਦਾ ਉਹਦੇ ਵਿੱਚ ਸਮਝਾਉਣਾ ਉਹਨਾਂ ਨੂੰ ਸੌਖਾ ਹੁੰਦਾ। ਔਰ ਗੁਰੂ ਨਾਨਕ ਸਾਹਿਬ ਨੇ ਇਹ ਪਿਰਤ ਪਾਤੀ ਸੀ ਜੀ, ਭਾਈ ਲਹਿਣੇ ਨੂੰ ਜਦੋਂ ਕਿਹਾ ਨਾ ਗੰਦ 'ਚ ਕਟੋਰਾ ਚੱਕ, ਹਾਂਜੀ, ਉਹ ਇਹ ਗੱਲ ਸਮਝਾਉਣ ਵਾਲੀ ਸੀ ਕਿ ਕਟੋਰਾ ਜੇ ਚੱਕਣਾ ਗੰਦ 'ਚ ਤੇ ਗੰਦ 'ਚ ਹੱਥ ਪਾਉਣਾ ਪੈਣਾ ਜੀ ਜੀ ਜੀ। ਜਿੰਨਾ ਲੋਕਾਂ ਨੂੰ ਸਮਝਾਉਣਾ ਆ, ਉਹ ਜਿੰਨਾ ਮਰਜ਼ੀ ਮਰੀ ਜ਼ਮੀਨ ਵਾਲੇ ਹੁਣ, ਉਹਨਾਂ ਲੋਕਾਂ ਦੇ ਵਿੱਚ ਖਲੋਣਾ ਪੈਣਾ। ਹਾਂਜੀ, ਗੰਡੋਇਆਂ ਵਰਗੇ ਲੋਕਾਂ 'ਚ ਜਾ ਕੇ ਉਹਨਾਂ ਨੂੰ ਯੋਧਿਆਂ ਦੀ ਗੱਲਾਂ ਕਰਨੀਆਂ ਪੈਣੀਆਂ ਉਹਨਾਂ ਜਾ ਕੇ, ਔਰ ਸਤਿਗੁਰ ਨੇ ਕੀਤੀਆਂ। ਹਾਂਜੀ ਹਾਂਜੀ, ਔਰ ਕੁਰਕਸ਼ੇਤਰ ਨਾਲ ਵਧੀਆ ਥਾਂ ਕੋਈ ਨਹੀਂ ਕਰਨ ਦੇ ਲਈ। ਔਰ ਇਸੇ ਕਰਕੇ ਮੈਂ ਕਈ ਸੋਚਦਾ ਹੁੰਦਾ ਵੀ ਕੁਰਕਸ਼ੇਤਰ ਇਹੋ ਜਿਹਾ ਸ਼ਹਿਰ ਆ ਜਿਹਦੇ 'ਚ ਨੌਂ ਗੁਰੂ ਸਾਹਿਬਾਨ ਗਏ। ਹਾਂਜੀ, ਇੱਕ ਗੁਰੂ ਅੰਗਦ ਦੇਵ ਨੂੰ ਛੱਡ ਕੇ ਜੀ, ਬਾਕੀ ਨੌਂ ਗੁਰੂ ਸਾਹਿਬਾਨ ਉੱਥੇ ਗਏ ਆ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ, ਪਰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਨਹੀਂ ਗਏ। ਗੁਰੂ ਅਮਰਦਾਸ ਦਾ, ਗੁਰੂ ਰਾਮਦਾਸ ਦਾ ਜਾਣ ਦਾ ਜ਼ਿਕਰ ਕੁਰਕਸ਼ੇਤਰ 'ਚ, ਉਹ ਗੁਰਬਾਣੀ 'ਚ ਵੀ ਹੈਗਾ। ਖੈਰ, ਸਮਾਂ ਮਿਲਿਆ ਕਦੇ ਉਹ ਵੀ ਗੱਲ ਕਰ ਲਵਾਂਗੇ, ਪਰ ਮੈਂ ਇੱਥੇ ਆ ਜਾਵਾਂ ਟਿਕਲ ਮਾਈ 'ਚ। ਸਤਿਗੁਰੂ ਉੱਥੇ ਗਏ। ਹਾਂਜੀ, ਹੁਣ ਜਿੱਦਾਂ ਸਤਿਗੁਰੂ ਜਾ ਕੇ ਰਵਾਲ ਸਾਹਿਬ ਦੇ ਮੇਲੇ 'ਚ ਉਹਦਾ ਪਿਛੋਕੜ ਦੱਸਿਆ ਸੀ, ਹਾਂਜੀ, ਕਿ ਇਹ ਤਾਂ ਆਪਣੇ ਖੁੱਸੇ ਹੋਏ ਰਾਜ ਨੂੰ ਵਾਪਸ ਲੈਣ ਦੇ ਲਈ ਮੇਲੇ ਦੀ ਸ਼ੁਰੂਆਤ ਹੋਈ ਸੀਗੀ। ਹਾਂਜੀ, ਤੁਸੀਂ ਮੰਤਵ ਨੂੰ ਭੁੱਲ ਗਏ ਆ, ਮਹੱਤਵ ਜ਼ਿਆਦਾ ਵੱਧ ਗਿਆ। ਹਾਂਜੀ, ਉੱਦਾਂ ਹੀ ਸੂਰਜ ਗ੍ਰਹਿਣ ਦਾ ਜਿਹੜਾ ਬੇਸ਼ੱਕ ਆ ਮਹੱਤਵ, ਤੁਸੀਂ ਤੁਹਾਡਾ ਪਾਂਡਿਆਂ ਨੇ, ਬ੍ਰਾਹਮਣਾਂ ਨੇ, ਵਿਪਰਾਂ ਨੇ ਮਹੱਤਵ ਬੇਸ਼ੱਕ ਵਧਾਤਾ, ਇਸ਼ਨਾਨ ਕਰੋਗੇ ਤੇ ਆਹ ਮਿਲੇਗਾ, ਆਹ ਮਿਲੇਗਾ, ਆਹ ਮਿਲੇਗਾ, ਪਰ ਵਿੱਚ ਮੰਤਵ ਆਹ ਦਾਨ ਦਿਓਗੇ ਤੇ ਆਹ ਮਿਲੇਗਾ। ਗਊਆਂ ਮਨਸਰੀਆਂ ਸਿਖਾਤੀਆਂ, ਬਾਕੀ ਸਾਰਾ ਕੁਛ ਸਿਖਾਤਾ, ਦਾਨ ਦੇਣੇ ਸਿਖਾਤੇ, ਪਰ ਇਹਦੇ ਵਿੱਚ ਦਾ ਮੰਤਵ ਸੀਗਾ ਕਿ ਹਾਂਜੀ ਕਿ ਯੋਧਿਆਂ ਦੀ ਧਰਤੀ ਤੇ ਆ ਕੇ ਯੋਧੇ ਵੀ ਬਣਨਾ ਆ, ਉਹ ਵਿੱਚ ਉਡਾਤਾ ਉਡਾਤਾ। ਹਾਂਜੀ ਹਾਂਜੀ, ਕਿ ਉਹ ਥਾਂ ਆ ਜਿੱਥੇ ਬੇਇਨਸਾਫੀ ਦੇ ਖਿਲਾਫ ਜੀ ਪੂਰੇ ਹਿੰਦੁਸਤਾਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਲੜੀ ਗਈ। 18 ਖੂਨੀਆਂ ਫੌਜਾਂ ਕਹਿੰਦੇ ਗਰਕ ਹੋਈਆਂ, ਗਰਕ ਹੋਈਆਂ ਸੀ। ਹਾਂਜੀ ਹਾਂਜੀ, ਖੂਨੀ 18 ਖੂਨੀਆਂ ਦਾ ਮਤਲਬ ਸੀ ਜਿਹੜੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜੀ ਜੀ ਜੀ, ਵੱਡੇ ਵੱਡੇ ਯੋਧੇ ਮਾਰੇ ਗਏ ਇਹਦੇ 'ਚ, ਇੱਕ ਪੂਰੀ ਸਲਤਨਤ ਤਬਾਹ ਹੋਈ, ਇੱਕ ਨਵੀਂ ਸਲਤਨਤ ਉਹਦੇ 'ਚ ਸ਼ੁਰੂ ਹੋਈ, ਔਰ ਹਿੰਦੁਸਤਾਨ ਦਾ ਨਵਾਂ ਇਤਿਹਾਸ ਲਿਖਿਆ ਗਿਆ, ਇੱਕ ਯੁੱਗ ਦਾ, ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਉੱਥੋਂ ਜੀ। ਵੀ ਉਹ ਕੁਰਕਸ਼ੇਤਰ ਦੀ ਗੱਲ ਤਾਂ ਨਹੀਂ ਦੱਸੀ ਜਾਂਦੀ, ਉਹ ਦੱਸਣੀ ਸਤਿਗੁਰੂ ਜੀ ਜੀ। ਸਤਿਗੁਰੂ ਨੇ ਉਸ ਅੰਦਾਜ਼ 'ਚ ਆ ਕੇ ਵੀ ਆਹ ਗੱਲ ਆ ਸੱਚ ਸਮਝਣ ਵਾਲੀ, ਸਤਿਗੁਰੂ ਉਹ ਗੱਲ ਦੱਸਣ ਦੇ ਲਈ ਉਚੇਚੇ ਤੌਰ 'ਤੇ ਉੱਥੇ ਪਹੁੰਚੇ, ਲੋਕਾਂ ਨੂੰ ਗੱਲਾਂ ਦੱਸੀਆਂ ਵੀ, ਲੋਕਾਂ ਨੂੰ ਨਾਲ ਜੋੜਿਆ ਵੀ। ਉਸ ਵੱਡੇ ਮੇਲੇ ਦਾ ਮਕਸਦ ਜਿਹੜਾ ਮੰਤਵ ਜਿਹੜਾ ਸਤਿਗੁਰੂ ਨੇ ਉਜਾਗਰ ਕੀਤਾ, ਹਾਂਜੀ, ਕਿ ਜੇ ਤੁਹਾਡੀ ਸਰਦਾਰੀਆਂ ਲੈਣੀਆਂ ਆ। ਔਰ ਇੱਥੇ ਗੱਲ ਹੋਰ ਬੜੀ ਪਿਆਰੀ, ਇੱਕ ਤਾਂ ਹੁੰਦਾ ਲੈਣੀਆਂ, ਇੱਕ ਉਹਨਾਂ ਨੂੰ ਕਾਇਮ ਰੱਖਣਾ, ਕਾਇਮ ਰੱਖਣਾ, ਦੋਨੇ ਗੱਲਾਂ ਜੀ ਜੀ। ਹੁਣ ਤਾਂ ਖੁਸ਼ ਹੀ ਚੁੱਕੀਆਂ ਸੀ ਜੀ ਜੀ ਜੀ, ਖਤਮ ਹੀ ਹੋ ਚੁੱਕੀਆਂ ਸੀ। ਹਾਂਜੀ ਹਾਂਜੀ, ਉਹਨਾਂ ਦਾ ਇੱਕ ਮਕਸਦ ਹੋਰ, ਸਤਿਗੁਰੂ ਕ੍ਰਿਸ਼ਨ ਅਵਤਾਰ 'ਚ ਉਹਦਾ ਜ਼ਿਕਰ ਵੀ ਕੀਤਾ। ਹਾਂਜੀ,
ਇੱਕ ਦ੍ਰੋਪਦੀ ਸੀਗੀ ਉਹਦਾ ਚੀਰਹਰਨ ਹੋਇਆ ਸੀ ਜੀ ਚੀਰਹਰਨ ਹੋਇਆ ਇੱਕ ਦ੍ਰੋਪਦੀ ਦਾ ਇੱਕ ਦ੍ਰੋਪਦੀ ਦੇ ਚੀਰਹਰਨ ਦੇ ਬਦਲੇ ਕੌਰਵਾਂ ਦੀ ਪੂਰੀ ਸਲਤਨਤ ਤਬਾਹ ਕਰ ਦਿੱਤੀ ਅਤੇ ਇਸੇ ਕਰਕੇ ਜਿਹੜਾ ਉਹ ਉਸ ਸਮੇਂ ਦਾ ਅਵਤਾਰ ਸੀ ਕ੍ਰਿਸ਼ਨ ਉਹਨੂੰ ਤੁਸੀਂ ਭਗਵਾਨ ਕਰਕੇ ਪੂਜਣਾ ਸ਼ੁਰੂ ਕਰਤਾ ਜੀ ਉਹਦੀ ਇੱਜ਼ਤ ਬਚਾਉਣ ਲਈ ਖੜਾ ਹੋਇਆ ਅਤੇ ਬਾਅਦ 'ਚ ਐਡੀ ਵੱਡੀ ਜੰਗ ਲੜੀ ਪੂਰੇ ਦੇ ਪੂਰੇ ਜਿਹੜੇ ਕੌਰਵ ਸੀਗੇ ਉਹਨਾਂ ਨੂੰ ਉਹਨਾਂ ਦੀ ਸਲਤਨਤ ਨੂੰ ਖਰ ਕਰ ਦਿੱਤਾ ਗਿਆ ਜੀ ਜੀ ਅਤੇ ਸਤਿਗੁਰੂ ਇਹ ਵੀ ਗੱਲ ਕਰੋ ਵੀ ਇੱਕ ਦ੍ਰੋਪਦੀ ਦੇ ਚੀਰ ਹਰਨ ਬਦਲੇ ਐਡੀ ਵੱਡੀ ਜੰਗ ਲੜਨ ਵਾਲੇ ਲੋਕਾਂ ਦਾ ਉਹਨਾਂ ਬਹਾਦਰਾਂ ਦਾ ਨਾ ਸੂਰਮਿਆਂ ਦਾ ਅਰਜਨ ਅਤੇ ਭੀਮ ਅਤੇ ਯੁਧਿਸ਼ਠਰ ਵਰਗੇ ਯੋਧਿਆਂ ਦਾ ਦੇਸ਼ ਜਿਹੜਾ ਆ ਹੁਣ ਤਾਂ ਰੋਜ਼ ਹੀ ਪਤਾ ਨਹੀਂ ਕਿਹੜੀ ਕਿਹੜੀ ਦ੍ਰੋਪਦੀ ਕਿੱਥੇ ਕਿੱਥੇ ਬਾਹਰੋਂ ਆਏ ਧਾੜ ਵੀ ਚੱਕ ਲੈ ਜਾਂਦੇ ਜੀ ਜੀ ਹੁਣ ਕਦੋਂ ਲੜੋਗੇ ਹੁਣ ਕਦੋਂ ਆਪਣੀ ਪਿਰਤਰਾ ਜੁੜੋਗੇ ਹੁਣ ਕਦੋਂ ਆਪਣੇ ਵਿਰਸੇ ਨਾਲ ਜੁੜੋਗੇ ਇਹ ਵੀ ਗੱਲ ਸਮਝਾਉਂਦੇ ਸਤਿਗੁਰੂ ਨੇ ਬੈਠ ਕੇ ਗੱਲਾਂ ਕੀਤੀਆਂ ਅਤੇ ਜਦੋਂ ਗੱਲਾਂ ਕੀਤੀਆਂ ਆਲੇ ਦੁਆਲੇ ਦੇ ਲੋਕ ਸ਼ੰਕਾਵਾਦੀ ਹੁੰਦੇ ਮਨੁੱਖ ਬੁਨਿਆਦੀ ਤੌਰ 'ਤੇ ਸ਼ੰਕਾਵਾਦੀ ਆ ਮਨੁੱਖ ਬੁਨਿਆਦੀ ਤੌਰ 'ਤੇ ਸ਼ੰਕਾਵਾਦੀ ਹੈਗਾ ਆ ਅਤੇ ਸਤਿਗੁਰੂ ਨੇ ਕੀ ਕੀਤਾ ਕੁਰਕਸ਼ੇਤਰ ਜਾ ਕੇ ਜਿਹੜਾ ਉੱਥੇ ਵੱਡਾ ਸਰੋਵਰ ਆ ਯਾਦਗਾਰੀ ਜਿੱਥੇ ਲੋਕ ਸਾਰੇ ਇਸ਼ਨਾਨ ਕਰਦੇ ਆ ਉਹਦੀ ਦੱਖਣ ਦਿਸ਼ਾ ਦੇ ਵਿੱਚ ਆ ਕੇ ਸਤਿਗੁਰੂ ਨੇ ਆਪਣਾ ਡੇਰਾ ਲਾ ਲਿਆ ਦੱਖਣ ਦਿਸ਼ਾ ਜਦੋਂ ਡੇਰਾ ਲਾਇਆ ਉਹ ਦੱਖਣ ਦਿਸ਼ਾ ਦੇ ਵਿੱਚੋਂ ਉੱਥੇ ਲੋਕ ਇਸ਼ਨਾਨ ਕਰ ਰਿਹਾ ਸਤਿਗੁਰ ਦੇ ਮੁਕਾਮ ਦੇ ਕੋਲ ਦੀ ਲੰਘ ਰਿਹਾ ਸਤਿਗੁਰ ਦਾ ਮੁਕਾਮ ਹੈ ਨਾਲ ਸਿੰਘ ਆ ਸ਼ਸਤਰਾਂ ਦੀ ਗੁੰਜਾਰ ਪੈ ਰਹੀ ਸਤਿਗੁਰ ਕਿਸੇ ਨੂੰ ਤੀਰ ਚਲਾਉਣਾ ਸਿਖਾ ਰਿਹਾ ਕਿਸੇ ਨੂੰ ਗਤਕਾ ਕੋਈ ਖੇਡ ਰਿਹਾ ਕਿਸੇ ਨੂੰ ਤੀਰਾਂ ਦੀ ਉੱਥੇ ਜਾਣ ਕੇ ਯੁੱਧ ਭੂਮੀ ਆ ਇੱਕ ਤਰ੍ਹਾਂ ਦੀ ਕੁਰਕਸ਼ੇਤਰ ਵਾਲੀ ਉਹ ਯੁੱਧ ਭੂਮੀ ਦੀ ਯਾਦ ਦੁਆਰਾ ਸਤਿਗੁਰ ਦੇ ਸ਼ਸਤਰ ਕਿ ਸਤਿਗੁਰੂ ਕਹਿੰਦੇ ਆਹ ਸ਼ਸਤਰ ਇੱਥੇ ਵਰਤਿਆ ਗਿਆ ਸੀ ਇੱਦਾਂ ਦੀ ਗਧਾ ਵਰਤੀ ਗਈ ਸੀ ਇੱਦਾਂ ਦਾ ਤੀਰ ਕਮਾਨ ਵਰਤਿਆ ਗਿਆ ਸੀ ਇੱਦਾਂ ਦੀਆਂ ਤਲਵਾਰਾਂ ਵਰਤੀਆਂ ਗਈਆਂ ਸੀ ਇੱਦਾਂ ਦੀਆਂ ਕਟਾਰਾਂ ਵਰਤੀਆਂ ਗਈਆਂ ਸੀ ਇੱਦਾਂ ਉੱਥੇ ਘੋੜੇ ਹਿਣਕਦੇ ਸੀਗੇ ਸਤਿਗੁਰੂ ਉਹ ਸਾਰਾ ਨਜ਼ਾਰਾ ਉੱਥੇ ਬੰਨ੍ਹ ਕੇ ਬੈਠੇ ਆ ਸਰੋਵਰ ਦੇ ਦੱਖਣੀ ਪਾਸੇ ਦੇ ਵਿੱਚ ਲੋਕ ਜਾਂਦੇ ਦੇਖਦੇ ਆ ਸਤਿਗੁਰੂ ਦੱਸ ਰਿਹਾ ਕਿ ਅਰਜਨ ਬਹੁਤ ਵੱਡਾ ਯੋਧਾ ਸੀ ਉਹਦੇ ਕੋਲ ਵੀ ਉਹ ਤੀਰ ਕਮਾਨ ਸੀ ਜਿੱਦਾਂ ਦਾ ਸਤਿਗੁਰ ਦੇ ਤੀਰ ਕਮਾਨ ਬਣਾਇਆ ਹੋਇਆ ਉਦੋਂ ਵੀ ਵੱਡਾ ਆ ਕੋਲੋਂ ਲੰਘਦਾ ਲੰਘਦਾ ਜੋਗੀ ਮਦਨ ਨਾਥ ਮਹੰਤ ਸੀ ਯੋਗੀਆਂ ਦਾ ਵੱਡਾ ਕਟਾਸ ਰਾਜ ਤੋਂ ਚੱਲ ਕੇ ਆਇਆ ਸੀਗਾ ਵੱਡਾ ਟਿੱਲਾ ਯੋਗੀਆਂ ਦਾ ਬਾਲ ਗੰਦਾਈ ਵਾਲਾ ਉੱਥੇ ਇਹ ਜੋਗੀ ਮਦਨ ਨਾਥ ਨੇ ਜਦੋਂ ਦੇਖਿਆ ਸਤਿਗੁਰੂ ਦਾ ਵੱਡਾ ਸਾਰਾ ਤੀਰ ਕਮਾਨ ਅਤੇ ਇਹਨੂੰ ਯਾਦ ਆਇਆ ਅਕਸਰ ਮਹੰਤ ਸੀਗਾ ਆਪਣੇ ਪਿਛਲੀ ਜਾਂ ਵਿਰਸੇ ਨਾਲ ਜੁੜਿਆ ਹੋਇਆ ਸੀ ਬੰਦਾ ਜਾਣਦਾ ਸੀਗਾ ਪਰ ਜਵਾਨੀ ਜਵਾਨੀ ਜਾਣਦਾ ਸੀ ਬਹੁਤ ਲੋਕ ਜਵਾਨੀ ਜਵਾਨੀ ਜਾਣਦੇ ਹੁੰਦੇ ਆ ਅੰਦਰ ਨਹੀਂ ਵਸਿਆ ਹੁੰਦਾ ਰੋਗਿਆ ਦੇਖਿਆ ਅਤੇ ਦੇਖ ਕੇ ਆ ਕੇ ਸਤਿਗੁਰੂ ਦੇ ਸਾਹਮਣੇ ਆ ਗਿਆ ਮਹੰਤ ਸੀ ਮਹੰਤ ਦੀ ਥੋੜ੍ਹੀ ਬੜੀ ਹੈਂਕੜ ਵੀ ਸੀਗੀ ਨਾਲ ਚੇਲੇ ਝੱਟ ਰਹੇ ਸੀਗੇ ਬਹੁਤ ਵੱਡਾ ਹਜ਼ੂਮ ਸੀ ਨਾਲ ਗੇਰੂਏ ਕੱਪੜੇ ਲੋਕਾਂ ਦਾ ਯੋਗੀਆਂ ਦਾ ਅਤੇ ਕਹਿੰਦਾ ਜੀ ਤੁਸੀਂ ਸਮੇਂ ਦਾ ਜਿਹੜਾ ਕ੍ਰਿਸ਼ਨ ਅਵਤਾਰ ਹੋਇਆ ਦੁਆਪਰ ਦਾ ਤੀਰ ਕਮਾਨ ਦਾ ਤੁਸੀਂ ਉਦੋਂ ਵੀ ਵੱਡਾ ਚੱਕਿਆ ਹੋਇਆ ਹਾਂਜੀ ਧਨੁਸ਼ ਦਾ ਤੁਹਾਡੇ ਕੋਲ ਉਦੋਂ ਵੀ ਵੱਡਾ ਆ ਜੀ ਚਲਾ ਵੀ ਲੈਂਦੇ ਹੋ ਜੀ ਤਣਜ ਬੜੀ ਵੱਡੀ ਆ ਹਾਂਜੀ ਹਾਂਜੀ ਕਿ ਕ੍ਰਿਸ਼ਨ ਦੇ ਨਾਲ ਉਹ ਤੁਸੀਂ ਚੱਕਿਆ ਗੀਤਾ ਅਰਗਾ ਤੁਸੀਂ ਇੱਥੇ ਉਪਦੇਸ਼ ਦੇਈ ਜਾ ਰਹੇ ਹਾਂ ਅਤੇ ਅਰਜਨ ਜਿਹੜਾ ਸੀ ਉਸ ਸਮੇਂ ਦਾ ਸਭ ਤੋਂ ਵੱਡਾ ਤੀਰ ਕਮਾਨ ਸੀਗਾ ਧਨੁਸ਼ ਵਾਲਾ ਸੀਗਾ ਧਨੁਸ਼ਧਾਰੀ ਸੀਗਾ ਅਰਜਨ ਨਾਲੋਂ ਵੱਡਾ ਤੁਸੀਂ ਧਨੁਸ਼ ਚੱਕਿਆ ਹੋਇਆ ਆ ਅਤੇ ਗੀਤਾ ਦਾ ਉਪਦੇਸ਼ ਜਿੱਦਾਂ ਗੀਤਾ ਦਾ ਉਪਦੇਸ਼ ਕ੍ਰਿਸ਼ਨ ਦਿੱਤਾ ਉੱਦਾਂ ਉਪਦੇਸ਼ ਦੇਈ ਜਾਣਾ ਯੋਧੇ ਵੀ ਤੁਸੀਂ ਆ ਰਥਵਾਨ ਵੀ ਤੁਸੀਂ ਆ ਦੋਨੇ ਗੱਲਾਂ ਤੁਸੀਂ ਨਿਭਾ ਰਹੇ ਹੁਣ ਪਰ ਕੀ ਇਕੱਲਾ ਉਪਦੇਸ਼ ਦੇਣਾ ਜਾਣਦੇ ਆ ਕ੍ਰਿਸ਼ਨ ਕ੍ਰਿਸ਼ਨ ਦਾ ਉਪਦੇਸ਼ ਦਿੱਤਾ ਨਾ ਉਹਦੇ ਨਾਲ ਯੋਧਾ ਸੀ ਅਰਜਨ ਕਿਹਾ ਨਾ ਜਿਹੜਾ ਤੀਰ ਜਿਹੜਾ ਧਨੁਸ਼ ਚੱਕਿਆ ਹੋਇਆ ਆ ਇਹਨੂੰ ਚਲਾ ਵੀ ਲੈਂਦੇ ਹਾਂ ਹਾਂਜੀ ਹਾਂਜੀ ਅਤੇ ਸਤਿਗੁਰੂ ਨੇ ਆਖਿਆ ਵੀ ਤੇਰਾ ਜਿਹੜਾ ਸ਼ੰਕਾ ਹੈ ਨਾ ਜੀ ਦੇਖੇ ਬਿਨਾਂ ਨਿਮਰਤ ਨਹੀਂ ਹੋਣਾ ਕਿਤੇ ਮੌਕਾ ਦੇ ਚਲਾਵਾਂਗੇ ਕਿਤੇ ਮੌਕਾ ਦੇ ਚਲਾਵਾਂਗੇ ਤਾਂ ਮੌਕਾ ਕਦੋਂ ਜੀ ਮੌਕਾ ਹੁਣੇ ਚਲਾਓ ਫਿਰ ਚਲਾ ਕੇ ਦਿਖਾਓ ਸਤਿਗੁਰੂ ਨੇ ਤੀਰ ਕਮਾਨ ਚੱਕਿਆ ਹਾਂਜੀ ਉਹਦੀ ਤੰਦੀ ਪੂਰੀ ਤਰ੍ਹਾਂ ਕੱਸੀ ਉਹਦੀ ਪਰਖ ਕੀਤੀ ਪਰਖ ਕਰਕੇ ਸਤਿਗੁਰੂ ਦੂਰ ਮੁਗਲਾਂ ਦਾ ਕਿਲਾ ਦਿਸਦਾ ਸੀਗਾ ਹਾਂਜੀ ਉੱਤੀ ਕਿਲੇ ਦੀ ਸਭ ਤੋਂ ਉੱਤਰੀ ਚੋਟੀ ਜਿਹੜੀ ਦਿਸਦੀ ਸੀ ਜੀ ਉੱਥੋਂ ਜਿਸ ਜਗ੍ਹਾ ਜਿੱਥੇ ਸਤਿਗੁਰੂ ਸਰੋਵਰ ਦੀ ਦੱਖਣੀ ਬਾਹੀ ਤੇ ਬੈਠੇ ਸੀ ਉੱਥੇ ਮੁਗਲਾਂ ਦੇ ਕਿਲੇ ਦੀ ਸਭ ਤੋਂ ਉੱਚੀ ਚੋਟੀ ਦਿਸਦੀ ਸੀ ਚੋਟੀ ਦੇ ਉੱਤੇ ਉਹਨਾਂ ਦਾ ਹੈਦਰੀ ਝੰਡਾ ਝੂਲਦਾ ਦਿੱਤਾ ਸੀ ਸਤਿਗੁਰੂ ਕਹਿੰਦੇ ਜੋਗੀ ਮਨ ਉਹ ਦੇਖ ਕੀ ਆ ਕਹਿੰਦਾ ਹੈਦਰੀ ਝੰਡਾ ਝੂਲਦਿਆ ਥਾਂ ਕਿਹਨਾਂ ਦੀ ਆ ਤੀਰਥ ਸਥਾਨ ਕਿਹਨਾਂ ਦਾ ਕਹਿੰਦਾ ਤੁਹਾਡਾ ਤੀਰਥ ਸਥਾਨ ਤੁਹਾਡਾ ਸਭ ਤੋਂ ਵੱਡਾ ਥਾਂ ਤੁਹਾਡੀ ਇਤਿਹਾਸ ਤੁਹਾਡਾ ਪੈਗੰਬਰ ਅਵਤਾਰ ਤੁਹਾਡਾ ਇੱਥੇ ਆ ਕੇ ਬੈਠਾ ਰਿਹਾ ਯੋਧੇ ਤੁਹਾਡੇ ਇੱਥੇ ਆ ਕੇ ਲੜੇ ਖੂੜੀਆਂ ਖੂੜੀਆਂ ਇੱਥੇ ਨਸ਼ਟ ਹੋਈਆਂ ਤੇ ਝੰਡੇ ਝੂਲਦੇ ਧਾੜਵੀਆਂ ਦੇ ਝੰਡੇ ਝੂਲਦਾ ਮੁਗਲਾਂ ਦੇ ਕਿਲੇ ਦੇ ਤੂੰ ਕਹਿੰਦਾ ਕਮਾਨ ਚਲਾ ਕੇ ਦਿਖਾ ਤੇ ਜੇ ਮੈਂ ਮਦਨਾ ਤੇਰਾ ਇੱਕ ਹੋਰ ਸ਼ੰਕਾ ਜ਼ਰੂਰ ਕਰਾਂ ਮੈਂ ਉਹ ਉੱਡਦਾ ਹੋਇਆ ਝੰਡਾ ਵੀ ਲਾ ਸਕਦਾ ਸਤਿਗੁਰ ਝੰਡਾ ਨਾ ਲਾਇਓ ਡਰ ਗਿਆ ਜੇ ਉਹ ਝੰਡਾ ਡਿੱਗ ਪਿਆ ਹਾਂਜੀ
ਉਹਨਾਂ ਦਾ ਜੀ, ਤੇ ਉਹਨਾਂ ਨੇ ਐਲੀ ਐਲੀ ਕਰਦੇ ਆਉਣਾ ਤੇ ਮੇਲੇ 'ਚ ਕਿਸੇ ਨੇ ਬਚਣਾ ਨਹੀਂ। ਸਤਿਗੁਰੂ ਕਹਿੰਦੇ ਬਸ ਇੰਨੀ ਗੱਲ ਸੀ, ਪਰਖ ਕਰਨੀ ਹੋਵੇ ਤਾਂ ਤਲੀਆਂ ਤੇ ਸਿਰ ਟਿਕਾਉਣੇ ਪੈਂਦੇ ਆ। ਮਦਨ ਨਾਥ ਉਸ ਬਿਰਤੀ 'ਚ ਆ, ਅਸੀਂ ਉਸ ਬਿਰਤੀ 'ਚ ਖੜੇ ਹਾਂ। ਇਕੱਲੇ ਹਥਿਆਰ ਚੱਕ ਕੇ ਘੁੰਮ ਨਹੀਂ ਰਹੇ, ਹਥਿਆਰ ਵਰਤਣੇ ਵੀ ਜਾਣਦੇ ਹਾਂ ਅਤੇ ਜੇ ਕਿਤੇ ਜੰਗ ਹੋਵੇ ਤਾਂ ਮੈਦਾਨੇ ਜਾ ਕੇ ਖੜਕਾਉਣੇ ਵੀ ਜਾਣਦੇ ਆ, ਖੜਕਾਏ ਵੀ ਆ, ਗਾਂ ਵੀ ਖੜਕਾਉਣੇ ਆ। ਖਾਲਸੇ 'ਚ ਬਿਰਤੀ ਭਰ ਦਿੱਤੀ ਗਈ ਆ, ਫਤਿਹ ਵੀ ਲੈਣੀ ਆ ਔਰ ਇਸ ਦੇਸ਼ ਨੂੰ ਧਾਰੀਆਂ ਤੋਂ ਆਜ਼ਾਦ ਵੀ ਕਰਾਉਣਾ ਹੈ, ਪਰ ਤੁਹਾਡੀਆਂ ਬਿਰਤੀਆਂ ਪਹਿਲਾਂ ਯਾਦ ਹੋਣੀਆਂ ਚਾਹੀਦੀਆਂ। ਹਾਂਜੀ, ਸਤਿਗੁਰ ਨੇ ਇੰਨੀ ਗੱਲ ਆ ਕੇ ਤੰਦੀ ਪਰਖੀ। ਹਾਂਜੀ, ਹੋਈ ਸੀਗੀ, ਕੱਸੀ ਸੀਗੀ ਜੀ ਜੀ, ਪਰਖੀ ਹੋਈ ਤੰਦੀ ਤੇ ਤੀਰ ਚਾੜਿਆ, ਠੀਕ, ਉਹ ਕਿਲੇ ਦਾ ਨਿਸ਼ਾਨਾ ਉਸਦੀ ਚੋਟੀ ਦਾ ਖਿੱਚ ਦਿੱਤਾ। ਹਾਂਜੀ, ਇਹ ਥਰ ਥਰ ਕੰਬ ਰਿਹਾ, ਜਿਹੜੀ ਮਦਨਾ ਮਾਰੇਗਾ ਜੀ ਜੀ। ਜਿੱਧਰੋਂ ਤੀਰ ਜਾਣਾ ਉਧਰੋਂ ਫੌਜਾਂ ਭੱਜੀਆਂ ਆਉਣੀਆਂ। ਸਤਿਗੁਰੂ ਨੇ ਫਿਰ ਮਦਨਾਥ ਜੋਗੀ ਲਈ ਦੇਖਿਆ, ਜੋਗੀ ਤੀਰ ਮੁਗਲਾਂ ਦੇ ਕਿਲੇ ਵੱਲ ਜਾ ਰਿਹਾ, ਥਰ ਥਰ ਤੂੰ ਕੰਬੀ ਜਾ ਰਿਹਾ, ਇਹ ਸਤਿਗੁਰੂ ਬਖਸ਼ ਲਾ, ਹੱਦ ਦੀ ਝੰਡਾ ਨਾ ਡਿੱਗਿਓ। ਉਹ ਡਿੱਗ ਪਿਆ ਅਤੇ ਇੱਥੇ ਪਰਲੋ ਆ ਜਾਣੀ ਆ, ਆਲਰੇਡੀ ਲੋਕ ਆਏ ਤੀਰ ਜਾਤੀ ਮੇਰਾ ਵਾਸਤਾ, ਹੱਦ ਦੀ ਝੰਡਾ ਨਾ ਡਿੱਗਿਓ। ਸਤਿਗੁਰੂ ਨੇ ਤੀਰ ਪੂਰੇ ਜ਼ੋਰ ਨਾਲ ਖਿੱਚਿਆ, ਜਿਹੜੇ ਬੁਰਜ 'ਤੇ ਉਹ ਝੰਡਾ ਗੱਡਿਆ ਹੋਇਆ ਸੀ ਬੁਰਜ ਦੇ ਨਾਲ ਆਲੇ ਦੁਆਲੇ ਜਿਹੜੇ ਹੋਰ ਬੁਰਜ ਦੇ ਨਾਲ ਦੇ ਬੁਰਜ ਦੀ ਉਤਲੀ ਚੋਟੀ ਦੇ ਉੱਤੇ ਤੀਰ ਲੱਗਾ ਅਤੇ ਨਾਲ ਹੀ ਉਹਨੂੰ ਨਿਸ਼ਾਨਾ ਲੱਗਾ, ਤੀਰ ਉੱਥੇ ਟੁੱਟ ਗਿਆ, ਠੀਕ, ਨਾਲ ਹੀ ਜੀ ਜੀ ਉਹਦੇ ਵਿੱਚ ਉਹਨੂੰ ਅਰਪਣ ਕਰ ਗਿਆ। ਝੰਡਾ ਸਤਿਗੁਰੂ ਨੇ ਨਹੀਂ ਦੇਖਿਆ, ਸਤਿਗੁਰੂ ਕਹਿੰਦੇ ਲਾਉਣਾ ਤਾਂ ਹੈਦਰੀ ਝੰਡਾ ਸੀ, ਮਦਨ ਨਾਥ ਜੇ ਤੂੰ ਕੰਬਦਾ ਨਾ ਜੀ, ਜੇ ਤੂੰ ਥਰ ਥਰ ਨਾ ਕੰਬਦਾ, ਜੇਕਰ ਤੂੰ ਲੋਕਾਂ ਦਾ ਹਾਲੇ ਤੁਹਾਡੀ ਜ਼ਮੀਨਾਂ ਕਿਤੇ ਜਾਗਦੇ ਹੁੰਦੇ ਤਾਂ ਅੱਜ ਹੀ ਝੰਡਾ ਲਾ ਦੇਣਾ ਸੀ। ਹਾਂਜੀ, ਅੱਜ ਹੈਦਰੀ ਝੰਡਾ ਲਾ ਦੇਣਾ ਸੀ, ਇਹ ਧਰਤੀ ਯਾਦ ਅੱਜ ਕਰਾ ਦੇਣੀ ਸੀਗੀ। ਵੱਧ ਤੋਂ ਵੱਧ ਕੀ ਹੁੰਦਾ, ਜੰਗ ਹੁੰਦੀ, ਹਾਂਜੀ, ਜਿੱਤ ਤੁਹਾਡੇ ਕਰਮਾਂ 'ਚ ਲਿਖ ਦੇਣੀ ਸੀ, ਪਰ ਤੂੰ ਕੰਬਣ ਲੱਗ ਪੈ, ਡਰ ਲੱਗ ਪਿਆ, ਪਹਿਲਾਂ ਆਪਣੀਆਂ ਬਿਰਤੀਆਂ ਨੂੰ ਉਜਾਗਰ ਕਰੋ, ਬਿਰਤੀਆਂ ਤਕੜੀਆਂ ਕਰੋ, ਇਹ ਧਾਰਮਿਕ ਸਥਾਨ ਤੁਹਾਡੇ ਆਪਣੇ ਆਪ ਬਣ ਜਾਣਗੇ ਜੀ, ਤੁਹਾਡੇ ਹੋ ਜਾਣਗੇ। ਤੁਹਾਨੂੰ ਕਰ ਦੇ ਕੇ ਨਹੀਂ ਆਉਣਾ ਪਏਗਾ, ਇੱਥੇ ਲਗਾਨ ਦੇ ਕੇ ਨਹੀਂ ਆਉਣਾ ਪਏਗਾ, ਤੁਸੀਂ ਲਗਾਨ ਦਿੰਦੇ ਹੋ ਇੱਥੇ, ਜਜ਼ੀਆ ਭਰ ਕੇ ਆਉਂਦੇ ਹੋ, ਜਜ਼ੀਏ ਨਹੀਂ ਦੇਣੇ ਪੈਣਗੇ, ਇਹ ਤਾਂ ਜਜ਼ੀਆ ਦੇਣ ਤੋਂ ਬਚਣਗੇ, ਪਹਿਲਾਂ ਆਪਣੀਆਂ ਬਿਰਤੀਆਂ ਨੂੰ ਕਾਰਗਰ ਕਰੋ, ਠੀਕ। ਅੱਜ ਹੀ ਜੇ ਕਿਤੇ ਤੂੰ ਆਪਣੀ ਬਿਰਤੀ ਨੂੰ ਕਿਤੇ ਥਰ ਥਰ ਨਾ ਕੰਬਲ ਲਾਉਂਦਾ, ਅੱਜ ਹੀ ਹੈਦਰੀ ਝੰਡਾ ਲਾ ਕੇ ਸਿਰਦਣਾ ਸੀ, ਪਰ ਤੇਰੀ ਬਿਰਤੀ ਦੇਖ ਕੇ ਹਾਲੇ ਤੁਸੀਂ ਤਿਆਰ ਨਹੀਂ ਹੋਏ, ਲੋਕ ਤੁਹਾਡੇ ਮਨਾਂ ਦੇ ਅੰਦਰ ਅਜੇ ਉਹ ਜਿਹੜੀ ਨਾ ਦਹਿਸ਼ਤ ਪਈ ਹੋਈ ਆ, ਦਹਿਸ਼ਤ ਕੱਢਣੀ ਪੈਣੀ ਆ, ਤੇ ਦਹਿਸ਼ਤ ਕੱਢਣ ਦਾ ਕੰਮ ਅਸੀਂ ਕਰ ਰਹੇ ਹਾਂ, ਇਸ ਮੇਲੇ 'ਤੇ ਆਉਣ ਦਾ ਸਾਡਾ ਮਕਸਦ ਵੀ ਇਹ ਆ ਜੀ ਜੀ, ਮਕਸਦ ਕਲੀਅਰ ਹੋ ਗਿਆ ਜੀ। ਹਾਂਜੀ, ਬਿਲਕੁਲ ਬਿਲਕੁਲ, ਮਦਨ ਨਾਲ ਸਤਿਗੁਰੂ ਦੇ ਚਰਨਾਂ 'ਤੇ ਟੈਪ ਹੈਗਾ, ਮੈਂ ਤਾਂ ਸੋਚਦਾ ਸੀ ਸਤਿਗੁਰੂ ਤੀਰ ਚਲਾ ਨਹੀਂ ਸਕਦੇ ਅਤੇ ਉੱਡੀ ਦੂਰ ਜਿੱਥੇ ਤੱਕ ਤੀਰ ਜਾ ਨਹੀਂ ਸਕਦਾ, ਇੰਨੀ ਦੂਰ, ਇੰਨੀ ਦੂਰ ਤੱਕ ਮਾਰ ਕੀਤੀ ਆ ਜੀ, ਔਰ ਜਾ ਕੇ ਉਹ ਬੁਰਜ ਦੇ ਉੱਤੇ ਉਤਲੇ ਬੰਨੇ ਜਾ ਕੇ ਤੀਰ ਗੜ ਦਿੱਤਾ ਆ। ਹਾਂਜੀ, ਇਹ ਸਤਿਗੁਰੂ ਹੀ ਗੜ ਸਕਦੇ ਆ, ਐਡੀ ਮਾਰ, ਐਡੀ ਦੂਰ ਤੱਕ ਦੀ ਮਾਰ, ਔਰ ਐਡਾ ਪੱਕਾ ਨਿਸ਼ਾਨਾ, ਔਰ ਕੋਈ ਸ਼ੱਕ ਨਹੀਂ ਹੈਦਰ ਦੀ ਝੰਡਾ ਸਤਿਗੁਰੂ ਜੀ ਦੇਖ ਦੇਣਾ ਸੀਗਾ, ਇਹ ਸਤਿਗੁਰੂ ਦੇ ਚਰਨਾਂ ਦੇ ਟੈਪ ਹੈ। ਸਤਿਗੁਰੂ ਜੀ ਤੁਸੀਂ ਸੰਘਰਸ਼ ਵੱਢੋ, ਦੇਸ਼ ਨੂੰ ਆਜ਼ਾਦ ਕਰਾਓ, ਇਹ ਰੁਲਦੇ ਖੁਰਦੇ ਲੋਕਾਂ ਨੂੰ ਯਾਦ ਕਰਾਓ, ਅਸੀਂ ਤੁਹਾਡੇ ਨਾਲ ਹਾਂ ਜੀ, ਜਿੱਥੇ ਤੱਕ ਹੋ ਸਕਿਆ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ, ਜਿਵੇਂ ਖੜ ਅਸੀਂ ਘਰ ਘਰ ਛੱਡ ਕੇ ਤੁਰੇ ਹੋਏ ਹਾਂ, ਅਤੇ ਸਾਨੂੰ ਸਾਡਾ ਹੈ ਵੀ ਕਿ ਲਾਂਘਾ ਡੇਡਾ ਕੋਈ ਨਹੀਂ, ਅਸੀਂ ਮਰਨ ਲਈ ਵੀ ਤਿਆਰ ਹਾਂ ਅਤੇ ਅਸੀਂ ਲੜਨ ਲਈ ਵੀ ਤਿਆਰ ਹਾਂ, ਅਤੇ ਨਾਲ ਇਹਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਸੰਘਰਸ਼ ਜੀ ਨਾਲ ਖੜੇ ਹੋਣਾ, ਅਤੇ ਮੇਰੀ ਇੱਕ ਖਾਹਿਸ਼ ਬਣ ਗਈ ਅੱਜ ਕਿ ਤੁਹਾਡੇ ਵਰਗਾ ਯੋਧਾ, ਤੁਹਾਡੇ ਵਰਗਾ ਸੂਰਬੀਰ, ਤੁਹਾਡੇ ਵਰਗਾ ਗੁਰੂ, ਤੁਹਾਡੇ ਵਰਗਾ ਸਮਰੱਥ ਪੁਰਖ, ਹਾਂਜੀ, ਮੇਰਾ ਜਿੱਥੇ ਟਿੱਲਾ ਹੈ ਨਾ ਬਾਲਗੰਗਾ ਦਾ, ਹਾਂਜੀ, ਕਟਾਸ ਰਾਜ 'ਚ ਉੱਥੇ ਜ਼ਰੂਰ ਆਵੇ, ਠੀਕ। ਸਤਿਗੁਰੂ ਨੇ ਹੁਣ ਇਹਦੇ ਮਦਨ ਨਾਥ ਦੇ ਮੂੰਹ ਵੱਲ ਦੇਖਿਆ ਅਤੇ ਉਸੇ ਬਿਰਤੀ 'ਚ ਕਹੀ ਜਾ ਰਿਹਾ ਕਿ ਤੁਹਾਡੇ ਪਹਿਲੇ ਗੁਰੂ ਨਾਨਕ ਵੀ ਉੱਥੇ ਆਏ ਸੀ, ਉਸ ਕਟਾਸ ਰਾਜ 'ਤੇ ਆਏ ਸੀ, ਉਹਨਾਂ ਵੀ ਉਹੀ ਉਪਦੇਸ਼ ਦਿੱਤਾ ਜਿਹੜਾ ਤੁਸੀਂ ਅੱਜ ਦੇ ਰਹੇ ਜੀ, ਪਰ ਸਮਾਂ ਪੈ ਗਿਆ ਸੀ, ਉਪਦੇਸ਼ ਭੁੱਲ ਗਿਆ, ਆਓ ਆ ਕੇ ਦੁਬਾਰਾ ਉਪਦੇਸ਼ ਦੜਾਓ। ਸਤਿਗੁਰੂ ਨੇ ਆਖਿਆ ਸਾਂਝ ਸਾਡੀ ਜੁੜੇਗੀ ਜੀ, ਉਸ ਕਟਾਸ ਰਾਜ ਨਾਲ, ਉਸ ਰੋਹਤਾਸ ਨਾਲ ਸਾਂਝ ਜੁੜਾਂਗੇ, ਸਮਾਂ ਆਏਗਾ ਜਦੋਂ ਮੁਗਲ ਰਾਜ ਦੇ ਝੰਡੇ ਹੈਦਰੀ ਝੰਡੇ ਲਾ ਦਿਆਂਗੇ ਨਾ, ਅੱਜ ਲਾਉਣ ਲੱਗੇ ਸੀ ਤੂੰ ਲਾਉਣ ਨਹੀਂ ਦਿੱਤਾ, ਜਦੋਂ ਹੈਦਰੀ ਝੰਡੇ ਲਾ ਦਿਆਂਗੇ, ਖਾਲਸੇ ਦੇ ਝੰਡੇ ਜਦੋਂ ਝੁਲਣਗੇ ਇਸ ਦੇਸ਼ ਦੇ ਉੱਤੇ, ਉਦੋਂ ਫਿਰ ਸਾਡਾ ਖਾਲਸਾ ਜ਼ਰੂਰ ਸੇ ਕਟਾਸ ਰਾਜ ਪਹੁੰਚੇਗਾ, ਠੀਕ ਹੈ, ਉਹਨਾਂ ਕਿਲ੍ਹਿਆਂ 'ਚ ਵੀ ਪਹੁੰਚੇਗਾ ਜਿੱਥੇ ਗੁਰੂ ਨਾਨਕ ਸਾਹਿਬ ਆਏ ਸੀਗੇ, ਕਟਾਸ ਰਾਜ ਪਹੁੰਚੇਗਾ, ਬਾਲਕ ਦੇ ਟਿੱਲੇ 'ਤੇ ਵੀ ਆਵੇਗਾ ਜਿੱਥੇ ਗੁਰੂ ਨਾਨਕ ਸਾਹਿਬ ਆਏ ਸੀਗੇ, ਉੱਥੇ ਵੀ ਆਵੇਗਾ, ਉੱਥੇ ਜਾ ਕੇ ਸਾਡਾ ਖਾਲਸਾ ਬੈਠੇਗਾ, ਅਤੇ ਕਹਿੰਦੇ ਮਦਨ ਨਾਥ ਕਹਿੰਦਾ ਸਤਿਗੁਰੂ ਜੀ ਮੈਂ ਬੇਨਤੀ ਤੁਹਾਨੂੰ ਕੀਤੀ ਹੈ,
ਸਤਿਗੁਰੂ ਕਹਿੰਦੇ ਜਿੱਥੇ ਖਾਲਸਾ ਲਗਾ ਅਸੀਂ ਤਾਂ ਉੱਥੇ ਹੋਵਾਂਗੇ ਹੋਵਾਂਗੇ, ਅਸੀਂ ਕਿਤੇ ਖਾਲਸੇ ਤੋਂ ਬਾਹਰ ਥੋੜ੍ਹਾ ਆ। ਜਿੱਥੇ ਖਾਲਸਾ ਜੁੜ ਕੇ ਬੈਠੇਗਾ, ਗੁਰੂ ਨਾਲ ਜੁੜਿਆ ਹੋਇਆ, ਜਿੱਥੇ ਖਾਲਸਾ ਉੱਥੇ ਗੁਰੂ ਆਪ ਹੋਏਗਾ ਹੀ ਹੋਏਗਾ। ਸਾਡਾ ਖਾਲਸਾ ਆਵੇਗਾ ਅਤੇ ਅਸੀਂ ਵੀ ਖਾਲਸੇ ਦੇ ਵਿੱਚ ਉਹਦੇ ਨਾਲ ਹੀ ਹੋਵਾਂਗੇ। ਸੋ ਸਤਿਗੁਰੂ ਨੇ ਵਾਅਦਾ ਵੀ ਉਹਦੇ ਨਾਲ ਕੀਤਾ, ਔਰ ਵਾਅਦਾ ਕੀਤਾ ਹੀ ਨਹੀਂ, ਬਾਅਦ ਖਾਲਸੇ ਤੌਰ 'ਤੇ ਗਿਆ ਵੀ ਉੱਥੇ। ਮੈਂ ਦਰਸ਼ਨ ਕਰਕੇ ਆਇਆ ਜੀ ਉਸ ਥਾਂ ਦੇ, ਕਟਾਸ਼ ਰਾਜ ਇਹ ਗੱਲ ਦੇਖੋ ਹੋ ਰਹੀ ਆ ਕੁਰਕਸ਼ੇਤਰ 'ਚ, ਹਾਂਜੀ, ਅਤੇ ਕਟਾਸ਼ ਰਾਜ ਹੈਗਾ ਆ ਪਾਕਿਸਤਾਨ ਦੇ ਵਿੱਚ। ਠੀਕ। ਜਦੋਂ ਲਾਹੌਰ ਤੋਂ ਜੀਤੀ ਜਿਹੜੀ ਪੁਰਾਣੀ ਜੀਤੀ ਰੋਡ ਸੀ, ਹਾਂਜੀ, ਜਿਹੜੀ ਪੁਰਾਣੀ ਸੜਕ ਸੀ ਉਹ ਸੜਕ ਤੋਂ ਜਦੋਂ ਜਾਈਏ ਅਤੇ ਜੇਲਮ ਦੇ ਕੋਲ ਜਾ ਕੇ ਰੋਹਤਾਸ ਕਿਲੇ ਵੱਲ ਨੂੰ ਸੜਕ ਮੁੜਦੀ, ਜੇਲਮ ਲੰਘ ਕੇ ਜੀ ਰੋਹਤਾਸ ਕਿਲੇ ਵੱਲ ਨੂੰ ਸੜਕ ਮੁੜਦੀ ਆ, ਉਹ ਰੋਹਤਾਸ ਕਿਲੇ ਦੇ ਅੰਦਰ ਮਾਤਾ ਸਾਹਿਬ ਕੌਰ ਦਾ ਜਨਮ ਹੋਇਆ ਸੀ। ਹਾਂਜੀ। ਰੋਹਤਾਸ ਕਿਲੇ ਦੇ ਬਾਹਰ ਵੱਲ ਗੁਰਦੁਆਰਾ ਚੂਹਾ ਸਾਹਿਬ ਹੈ, ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉੱਥੇ ਚੂਹਾ ਪੈਦਾ ਕੀਤਾ ਸੀ, ਯਾਨੀ ਕਿ ਚੂਹਾ ਮੈਨੂੰ ਚਸ਼ਮਾ ਜੀ ਜੀ ਝਰਨਾ ਪੈਦਾ ਕੀਤਾ ਸੀਗਾ। ਉੱਥੋਂ ਉੱਪਰ ਜਾ ਕੇ ਹਾਂਜੀ ਕੁਛ ਮੀਲ ਦੀ ਦੂਰੀ ਉੱਤੇ ਕਟਾਸ ਰਾਜ ਜਿਹੜਾ ਬਾਲ ਗੰਗਾਈ ਦਾ ਟਿੱਲਾ ਜੋਗੀਆਂ ਦਾ, ਜੋਗੀਆਂ ਦਾ ਬਹੁਤ ਵੱਡਾ ਸੈਂਟਰ ਹੁੰਦਾ, ਹੁਣ ਹੈਨੀਗਾ, ਹਾਂਜੀ, ਅਤੇ ਉਸ ਵਕਤ ਹੋਊਗਾ, ਉਸ ਸਮੇਂ ਸੀਗਾ ਜੀ, ਅੱਜ ਹੈਨੀਗਾ ਟਿੱਲੇ ਨਹੀਂ ਰਾਜ ਜੋਗੀਆਂ ਦੇ ਉੱਥੇ ਜੀ। ਅੱਜ ਉਹ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਚੂਹਾ ਸਾਹਿਬ ਹੈ, ਉਹ ਵੀ ਮਾੜੀ ਜਿਹੀ ਯਾਦਗਾਰੀ ਰਹਿ ਗਿਆ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਨਹੀਂ, ਇੱਕ ਕਮਰੇ ਦਾ ਸਿਰਫ ਗੁਰਦੁਆਰਾ ਰਹਿ ਗਿਆ, ਮਾਤਾ ਸਾਹਿਬ ਕੌਰ ਦਾ ਜਿਹੜਾ ਘਰ ਹੁੰਦਾ ਸੀ ਵੱਡਾ ਕਿਲੇ ਦੇ ਅੰਦਰ ਸਾਰਾ, ਹਾਂਜੀ, ਉਹ ਇੱਕ ਕਮਰੇ ਦਾ ਗੁਰਦੁਆਰਾ ਰਹਿ ਗਿਆ ਉੱਥੇ ਨਿਸ਼ਾਨੀ ਵਜੋਂ ਹੈਗਾ ਪਿਆ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਥੇ ਵੀ ਨਹੀਂ ਹੈਗਾ। ਠੀਕ। ਪਰ ਮੈਂ ਸਾਰਾ ਕੁਛ ਦੇਖ ਕੇ ਆਇਆ ਪਾਕਿਸਤਾਨ ਦੀ ਯਾਤਰਾ 'ਤੇ ਗਿਆ ਅਤੇ ਬਹੁਤ ਸਾਰੇ ਜਥੇਰੀਆਂ ਦੇ ਪਰ ਅਸੀਂ ਜਾ ਕੇ ਆਏ, ਉਹ ਕਿਲ੍ਹਾ ਵੀ ਦੇਖ ਕੇ ਆਏ ਹਾਂ, ਔਰ ਉਹ ਕਟਾਸ ਰਾਜ ਉਹ ਕਿਲ੍ਹਾ ਬਾਅਦ 'ਚ ਜਦੋਂ ਸਿੱਖਾਂ ਨੇ ਸਰ ਕੀਤਾ, ਹਾਂਜੀ, ਮਿਸਲਾਂ ਦੇ ਸਮੇਂ 'ਚ ਬਾਅਦ 'ਚ ਮਹਾਰਾਜ ਰਣਜੀਤ ਸਿੰਘ ਨੇ ਸਰ ਕੀਤਾ ਕਿਲ੍ਹਾ ਰੋਹਤਾਸ ਦਾ, ਉਦੋਂ ਮਾਤਾ ਸਾਹਿਬ ਕੌਰ ਦਾ ਅੰਦਰ ਗੁਰਦੁਆਰਾ ਵੀ ਬਣਾਇਆ, ਹਾਂਜੀ, ਔਰ ਬਾਹਰ ਜਿਹੜਾ ਗੁਰਦੁਆਰਾ ਚੂਹਾ ਸਾਹਿਬ ਸੀ ਮਹਾਰਾਜ ਰਣਜੀਤ ਸਿੰਘ ਦਾਦਾ ਸੀਗੇ, ਹਾਂਜੀ, ਚੜ੍ਹ ਸਿੰਘ ਜੀ ਉਹਨਾਂ ਨੇ ਬਣਾਇਆ ਸੀ। ਠੀਕ ਹੈ। ਉਦੋਂ ਬੜੀ ਸ਼ਾਨ ਸ਼ੌਕਤ ਨਾਲ ਬਣਾਇਆ ਸੀ, ਔਰ ਉਦੋਂ ਦੇ ਹੀ ਖੰਡਰ ਹਾਲੇ ਹੈਗੇ ਆ, ਗੁਰਦੁਆਰਾ ਪ੍ਰਕਾਸ਼ਨ ਨੀਗਾ, ਚੂਹਾ ਵੀ ਜਲ ਥੱਲੇ ਆਉਂਦਾ ਆ, ਪਰ ਕਿਉਂਕਿ ਉੱਤੋਂ ਸਫਾਈ ਨਹੀਂ ਹੋਈ ਇਸ ਕਰਕੇ ਗੰਦਲਾ ਜਲ ਆ ਜੀ ਜੀ ਜੀ, ਪਰ ਅੰਦਰੋਂ ਗੱਲ ਜਿਹੜਾ ਆ ਜਿਹਨੇ ਕਹਿੰਦੇ ਆ ਵੀ ਜਿਹਨਾਂ ਨੇ ਦੇਖਿਆ ਕਹਿੰਦੇ ਬਹੁਤ ਸਵਾਛੀ ਜਲ ਆ, ਪਰ ਕਿਉਂਕਿ ਸਾਫ਼ ਸਫਾਈ ਨਹੀਂ ਹੁੰਦੀ, ਚੂਹਾ ਬਣਿਆ ਹੋਇਆ, ਪਰ ਚੂਹੇ ਦਾ ਜਲ ਜਿਹੜਾ ਗੰਦਲਾ ਮਹਿਸੂਸ ਹੁੰਦਾ ਕਿਉਂਕਿ ਵਿੱਚ ਬਹੁਤ ਆਲੇ ਦੁਆਲੇ ਜੰਗਲੀ ਆ ਸਾਰਾ ਕੁਛ, ਅਤੇ ਉੱਥੋਂ ਜਿਹੜਾ ਬਾਲ ਗੰਗਾਈ ਦਾ ਟਿੱਲਾ ਦੂਰੋਂ ਦਿਸਦਾ ਕੁਛ ਮੀਲਾਂ ਦੀ ਦੂਰੀ ਦੇ ਉੱਤੇ, ਹਾਂਜੀ, ਉਹ ਜੋਗੀਆਂ ਦਾ ਟਿੱਲਾ ਹੁੰਦਾ ਸੀ, ਉੱਥੋਂ ਹੁੰਦੇ ਹੋਏ ਗੁਰੂ ਨਾਨਕ ਸਾਹਿਬ ਆ ਕੇ ਇੱਥੇ ਬੈਠੇ ਸੀ ਰੋਹਤਾਸ ਕਿਲੇ ਦੇ ਕੋਲ ਆ ਕੇ, ਹਾਂਜੀ, ਅਤੇ ਉਹ ਮੈਨੂੰ ਆਪ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਨੇ ਕਿਹਾ ਵੀ ਆਵਾਂਗੇ, ਹਾਂਜੀ, ਅਤੇ ਫਿਰ ਖਾਲਸਾ ਗਿਆ ਵੀ। ਠੀਕ ਹੈ। ਕੌਣ ਹੈਗਾ ਜਦੋਂ ਅਸੀਂ ਹੈਦਰ ਦੇ ਝੰਡੇ ਲਾ ਦਿਆਂਗੇ, ਖਾਲਸੇ ਦੇ ਝੰਡੇ ਝੁੱਲਣਗੇ, ਉਦੋਂ ਆਵਾਂਗੇ, ਇਹਨਾਂ ਕਿਲ੍ਹਿਆਂ ਦੇ ਉੱਤੇ ਵੀ ਝੰਡੇ ਚਲਾਵਾਂਗੇ, ਅਤੇ ਖਾਲਸਾ ਜਿੱਥੇ ਬੈਠੇਗਾ ਉੱਥੇ ਤਾਂ ਅਸੀਂ ਨਾਲ ਹੋਣਾ ਹੀ ਹੋਣਾ। ਸੋ ਖਾਲਸੇ ਦੇ ਵਿੱਚ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਉਹਨਾਂ ਕਿਲ੍ਹਿਆਂ ਦਾ ਜਿਹੜਾ ਵਾਅਦਾ ਕੀਤਾ ਸੀ ਮਦਨ ਨਾਥ ਦੇ ਨਾਲ, ਉਹ ਸਤਿਗੁਰੂ ਦੇ ਸਤਿਗੁਰੂ ਜੀ ਉੱਥੇ ਗਏ। ਹਾਂਜੀ। ਇਹ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ। ਹਾਂਜੀ। ਕੁਰਕਸ਼ੇਤਰ ਇੱਕੋ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਨੌ ਗੁਰੂ ਸਾਹਿਬ, ਹਾਂਜੀ, ਉਹ ਵੀ ਗੱਲ ਮੈਂ ਕਰ ਦਈਏ ਤਾਂ ਆਪਾਂ ਅਗਲੇ ਐਪੀਸੋਡ ਤੋਂ ਨਾਲ ਲੈ ਕੇ ਜਾਈਏ, ਇੱਥੇ ਬਹੁਤ ਬਰੀਫ 'ਚ ਕਰ ਦਿੰਦੇ ਹਾਂ ਕਿਉਂਕਿ 5 ਮਿੰਟ ਰਹਿ ਗਏ ਨੇ, ਜਿਹੜੇ ਇਹਨਾਂ 2-3 ਮਿੰਟਾਂ 'ਚ ਮੈਂ ਕਰ ਦਿੰਦੇ, ਬੜਾ ਟਾਈਮ ਨਹੀਂ ਲਾਉਂਦਾ। ਹਾਂਜੀ। ਗੁਰੂ ਨਾਨਕ ਸਾਹਿਬ ਪਹਿਲਾਂ ਗਏ ਸੀ, ਉਹਦਾ ਜ਼ਿਕਰ ਆਪਾਂ ਕਰ ਲਿਆ, ਜਨਮ ਸਾਖੀ ਜ਼ਿਕਰ ਆਉਂਦਾ, ਗੁਰੂ ਨਾਨਕ ਸਾਹਿਬ ਸੂਰਜ ਗ੍ਰੰਥ 'ਤੇ ਗਏ ਸੀ ਜੀ, ਔਰ ਬੜੀਆਂ ਪਿਆਰੀਆਂ ਸਾਖੀਆਂ ਨੇ ਕੁਰਕਸ਼ੇਤਰ ਦੀਆਂ ਉਦੋਂ ਦੀਆਂ, ਆਪਾਂ ਸ਼ਾਇਦ ਜ਼ਿਕਰ ਕੀਤਾ ਪਹਿਲੀ ਐਪੀਸੋਡ 'ਚ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਗੁਰੂ ਅੰਗਦ ਦੇਵ ਨਹੀਂ ਗਿਆ ਜੀ, ਗੁਰੂ ਅਮਰਦਾਸ ਅਤੇ ਪਹਿਲਾਂ ਵੀ ਗਏ ਹੋਣਗੇ ਕਿਉਂਕਿ ਗੁਰੂ ਅਮਰਦਾਸ ਤੀਰਥ ਯਾਤਰਾ 'ਤੇ ਜਾਂਦੇ ਸੀ, ਗੰਗਾ ਇਸ਼ਨਾਨ ਕਰਨ ਜਾਂਦੇ ਸੀਗੇ, ਹਰਿਦੁਆਰ ਵੀ ਜਾਂਦੇ ਸੀ, ਤੀਰਥ ਯਾਤਰਾ 'ਤੇ ਜਾਂਦੇ ਸੀ, ਕੁਰਕਸ਼ੇਤਰ ਵੀ ਜਾਂਦੇ ਸੀਗੇ, ਪਹਿਲਾਂ ਵੀ ਗਏ ਹੋਣਗੇ, ਪਰ ਗੁਰਗੱਦੀ 'ਤੇ ਬਰਾਜ ਹੋ ਕੇ ਬਰਾਜਮਾਨ ਹੋਣ ਤੋਂ ਬਾਅਦ ਗੁਰੂ ਅਮਰਦਾਸ ਜੀ ਪੂਰੇ ਸਿੱਖਾਂ ਦੇ ਜਥੇ ਨੂੰ ਲੈ ਕੇ ਕੁਰਕਸ਼ੇਤਰ ਗਏ। ਠੀਕ। ਪਰ ਜਿਹੜਾ ਗਏ ਗੁਰੂ ਰਾਮਦਾਸ ਜੀ ਨਾਲ ਗਿਆ ਸੀ, ਹਾਂਜੀ, ਗੁਰੂ ਰਾਮਦਾਸ ਨੇ ਬਾਅਦ ਜਦੋਂ ਗੁਰਗੱਦੀ 'ਤੇ ਬੈਠ ਕੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਜ਼ਿਕਰ ਕੀਤਾ ਕੁਰਕਸ਼ੇਤਰ, ਗੁਰੂ ਅਮਰਦਾਸ ਦੀ ਯਾਤਰਾ ਦੀ, ਕੁਰਕਸ਼ੇਤਰ ਦੀ, ਹਰਿਦੁਆਰ ਦੀ, ਕਿ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਕਿ ਤੀਰਥਾਂ 'ਤੇ ਜਾਣ ਦਾ ਉੱਦਮ ਗੁਰੂ ਸਾਹਿਬ ਨੇ ਕਰ ਲਿਆ, ਗੁਰੂ ਰਾਮਦਾਸ ਕਹਿ ਰਿਹਾ, ਹਾਂਜੀ, ਗੁਰੂ ਅਮਰਦਾਸ ਨੇ ਕੀਤਾ, ਤੀਰਥ ਉੱਦਮ ਸਤਿਗੁਰ ਕੀਆ, ਸਤਿਗੁਰੂ ਜੀ ਨੇ ਕਰ ਲਿਆ ਉੱਦਮ, ਕਾਹਦੇ ਲਈ ਕੀਤਾ, ਸਭ ਲੋਕ ਉਧਰਨ ਅਰਥਾ, ਕਿ ਸਾਰੇ ਲੋਕਾਂ ਨੂੰ ਉਧਾਰਨ ਲਈ, ਪਰਪਕਾਰ ਦੇ ਲਈ, ਉਸ ਭਾਵਨਾ ਦੇ ਤਹਿਤ ਇਹ ਉੱਦਮ ਕੀਤਾ ਸਤ, ਹਾਂਜੀ, ਅਤੇ ਸਤਿਗੁਰੂ ਜੀ ਸੁਰਸਤੀ ਗਏ, ਸਤਿਗੁਰੂ ਹਰਿਦੁਆਰ ਗਏ, ਸਤਿਗੁਰੂ ਕੁਲਖੇਤ ਗਿਆ, ਕੁਰਕਸ਼ੇਤਰ ਦਾ ਜ਼ਿਕਰ ਕੀਤਾ, ਗੁਰਬਾਣੀ ਜ਼ਿਕਰ ਹੈ ਜੀ, ਮੈਂ ਟਾਈਮ ਨਹੀਂ, ਮੈਂ ਲੰਮੇ ਵਿਸਥਾਰ 'ਚ ਪਾਵਾਂ, ਸਤਿਗੁਰੂ ਪ੍ਰਯਾਗ ਵੀ ਗਏ, ਸਰਸਵਤੀ ਵੀ ਗਏ ਜਿੱਥੇ ਤਿੰਨਾਂ ਨਦੀਆਂ ਦਾ ਮੇਲ ਹੁੰਦਾ ਆ, ਹਰਿਦੁਆਰ ਵੀ ਗਏ, ਸਤਿਗੁਰੂ ਕੁਰਕਸ਼ੇਤਰ ਵੀ ਗਏ, ਗੁਰੂ ਤੇ ਗੁਰੂ ਅਮਰਦਾਸ ਜੀ ਨਾਲ, ਗੁਰੂ ਰਾਮਦਾਸ ਜੀ ਗਏ, ਹਜੇ ਗੁਰਗੱਦੀ 'ਤੇ ਬਿਰਾਜਮਾਨ ਨਹੀਂ, ਪਰ ਗੁਰੂ ਅਮਰਦਾਸ ਦੇ ਨਾਲ ਗਏ ਸੀ, ਹਾਂਜੀ, ਨਾਲ ਨਾਲ ਗਏ ਆ, ਉਹਦਾ ਜ਼ਿਕਰ ਬਾਣੀ ਵਿੱਚ ਵੀ ਕੀਤਾ ਆ, ਪਰ ਨਾਲ ਸਤਿਗੁਰੂ ਨੇ ਆਪਣਾ ਮਕਸਦ ਹੱਲ ਕਰਤਾ ਜੀ, ਕਿਸ ਕਿਸ ਕੰਮ ਲਈ ਗਿਆ,
ਸਭ ਲੋਕ ਉਹਦੇ ਨਾਲ ਸਾ ਸਤਿਗੁਰ ਦਾ ਤੀਰਥ 'ਤੇ ਜਾਣਾ ਇਸ ਕਰਕੇ ਨਹੀਂ ਕਿ ਸਤਿਗੁਰ ਨੇ ਤੀਰਥ 'ਤੇ ਇਸ਼ਨਾਨ ਕਰਨਾ ਹੈ, ਸਤਿਗੁਰ ਦਾ ਤੀਰਥ 'ਤੇ ਜਾਣਾ ਇਸ ਕਰਕੇ ਨਹੀਂ ਕਿ ਉਹ ਤੀਰਥ ਦੀ ਕੋਈ ਪਵਿੱਤਰਤਾ ਦੀ ਗੱਲ ਹੈ, ਸਤਿਗੁਰ 'ਤੇ ਜਾਣਾ ਇਸ ਕਰਕੇ ਆ ਕਿ ਜਿਹੜੇ ਉੱਥੇ ਲੋਕ ਇਕੱਠੇ ਹੁੰਦੇ ਨੇ ਉਹ ਕਰਮ ਕਾਂਡਾਂ 'ਚ ਪੈ ਕੇ ਆਪਣਾ ਸਮਾਂ ਅਤੇ ਸਰਮਾਇਆ ਨਸ਼ਟ ਕਰ ਰਹੇ ਨੇ, ਉਹਨਾਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ, ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਣ, ਗੁਰੂ ਦੇ ਸਿਧਾਂਤ ਨਾਲ ਜੁੜ ਜਾਣ ਅਤੇ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਉਹਨਾਂ ਦਾ ਪਾਰ ਉਤਾਰਾ ਹੋ ਜਾਏ, ਸਭ ਲੋਕ ਉਧਰਨ ਅਰਥ ਤੀਰਥ ਉਦਮ ਸਤਿਗੁਰ ਕੀ ਆ, ਸਭ ਲੋਕ ਉਧਰਨ ਅਰਥ ਆ। ਇੱਥੇ ਗੁਰੂ ਰਾਮਦਾਸ ਨੇ ਇੱਕ ਗੱਲ ਹੋਰ ਕਹੀ ਆ, ਉਹ ਕਹਿੰਦੇ ਜਦੋਂ ਗੁਰੂ ਅਮਰਦਾਸ ਗਏ ਨਾ, ਕਿਉਂਕਿ ਜਿਹੜਾ ਜਜੀਆ ਹੈ ਹਿੰਦੂ 'ਤੇ ਲੱਗਣਾ, ਹਾਂਜੀ, ਉਹਨੇ ਇਸ਼ਨਾਨ ਕਰਨ ਜਾਣਾ ਆ, ਜੀ ਜੀ, ਗੁਰੂ ਅਮਰਦਾਸ ਜੀ ਹਿੰਦੂ ਨਹੀਂ ਜੀ, ਇਸ ਕਰਕੇ ਉਹਨਾਂ 'ਤੇ ਕੋਈ ਜਜੀਆ ਨਹੀਂ, ਹਾਂਜੀ, ਅਤੇ ਜਿੱਥੋਂ ਦੀ ਗੁਰੂ ਅਮਰਦਾਸ ਲੰਘ ਰਿਹਾ ਉਹਦੇ ਨਾਲ ਨਾਲ ਜਿਹੜੀ ਸੰਗਤ ਰੰਗ ਲਈ ਉਹਤੇ ਵੀ ਕੋਈ ਜਜੀਆ ਨਹੀਂ, ਇਸ ਕਰਕੇ ਕਹਿੰਦੀ ਸਾਰੀ ਸੰਗਤ ਜਿਹੜੀ ਤੀਰਥ ਯਾਤਰਾ 'ਤੇ ਕਰਨਾ ਸੀ ਸਤਿਗੁਰ ਦੇ ਨਾਲ ਤੁਰਪੀ ਜਜੀਏ ਤੋਂ ਬਚਣ ਲਈ, ਅਤੇ ਸਾਰੇ ਲੋਕ ਇਕੱਠੇ ਹੋ ਗਏ, ਕਦੇ ਆਹ ਦਾਮ ਨਾਲ ਬੋਲਕ ਪਿਆ, ਅੱਧੀ ਕੌਡੀ ਵੀ ਅੱਧਾ ਪੈਸਾ ਵੀ ਕਿਸੇ ਗੋਲਕ ਦੇ ਬੋਲਕ ਦੇ ਵਿੱਚ ਨਹੀਂ ਪਿਆ, ਜਿਹੜੇ ਜਜੀਆ ਲੈਣ ਲਈ ਉੱਥੇ ਬੈਠੇ ਹੋਏ ਸੀਗੇ, ਸੋ ਜਜੀਆ ਮੁਕਤ ਕਰਤਾ ਤੀਰਥਾਂ ਨੂੰ ਸਤਿਗੁਰ ਉੱਥੇ ਜਾ ਕੇ, ਇਹ ਵੀ ਸੰਦੇਸ਼ ਸੀਗਾ ਵੀ ਤੀਰਥ ਤੁਹਾਡੇ ਆ, ਜਾਣਾ ਤੁਸੀਂ ਆ ਤੇ ਬਾਹਰਲੇ ਧਾਰਮਿਕ ਇਹ ਨਹੀਂ ਦੇਣਾ, ਸਤਿਗੁਰੂ ਜੀ ਉੱਥੇ ਨਹੀਂ ਦਿੱਤਾ, ਕਿਸੇ ਹੋਰ ਨੇ ਦਿੱਤਾ, ਅਤੇ ਸਤਿਗੁਰੂ ਨੇ ਉੱਥੇ ਜਾ ਕੇ ਉਪਦੇਸ਼ ਵੀ ਦਿੱਤਾ, ਗੁਰੂ ਅਮਰਦਾਸ ਗਿਆ, ਗੁਰੂ ਰਾਮਦਾਸ ਗਿਆ, ਗੁਰੂ ਅਰਜਨ ਦੇਵ ਗਿਆ, ਗੁਰੂ ਹਰਗੋਬਿੰਦ ਸਾਹਿਬ ਗਿਆ, ਗੁਰੂ ਹਰਗੋਬਿੰਦ ਸਾਹਿਬ ਦੀਆਂ ਫੀ ਬਹੁਤ ਸਾਖੀਆਂ ਹੈ, ਇਹਨਾਂ ਵੱਲ ਜਾਣਦੀਆਂ ਬਹੁਤ ਸਿੱਖਿਆ ਵਾਲੀ ਵਾਲੀ ਸਾਖੀਆਂ ਸੁਣਨ ਆਈ, ਗੁਰੂ ਹਰ ਰਾਏ ਸਾਹਿਬ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਗਿਆ, ਹਾਲੇ ਉਮਰ ਛੋਟੀ ਸੀਗੀ, ਜੋ ਦਿੱਲੀ ਨੂੰ ਗਿਆ, ਕੁਰਸ਼ੇਤਰ ਅਟਕੇ ਆ, ਕੁਰਸ਼ੇਤਰ ਦੀ ਬੜੀ ਮਸ਼ਹੂਰ ਸਾਖੀ ਆ, ਉਹ ਛੱਜੂ ਜੋਖਰੇ ਦੀ ਥਾਣੇ ਸਾਹਿਬ ਦੀ, ਕੁਰਸ਼ੇਤਰ ਦੀ ਛੱਜੂ ਝੂਰਾਲੀ, ਇਹੋ ਜਿਹੀਆਂ ਹੋਰ ਬੜੀਆਂ ਸਾਖੀਆਂ। ਫਿਰ ਗੁਰੂ ਤੇਗ ਬਹਾਦਰ ਗਿਆ, ਗੁਰੂ ਤੇਗ ਬਹਾਦਰ ਜੀ ਅੱਜ ਉੱਥੇ ਗੁਰਦੁਆਰਾ ਵੀ ਹੈ, ਗੁਰੂ ਤੇਗ ਬਹਾਦਰ ਗਿਆ, ਫਿਰ ਗੁਰੂ ਗੋਬਿੰਦ ਸਿੰਘ ਵੀ ਗਿਆ, ਔਰ ਇੱਕੋ ਇੱਕ ਸ਼ਹਿਰ ਹੈ ਜਿੱਥੇ ਸਾਡੇ ਨੌ ਗੁਰੂ ਸਾਹਿਬਾਨ ਉੱਥੇ ਜਾਣ ਦਾ ਵਾਰ ਵਾਰ ਮਕਸਦ ਸੀ ਕਿ ਬਹੁਤ ਵੱਡਾ ਤੀਰ ਸੀ, ਬਹੁਤ ਵੱਡੇ ਇਕੱਠ ਹੋਇਆ ਕਰਦੇ ਸੀ, ਪਰ ਮਕਸਦ ਉਹ ਹੀ ਸੀ ਜਿਹੜਾ ਗੁਰੂ ਰਾਮਦਾਸ ਨੇ ਬਾਣੀ 'ਚ ਜ਼ਿਕਰ ਕਰ ਦਿੱਤਾ ਹੈ, ਤੀਰਥ ਉਦਮ ਸਤਿਗੁਰ ਕੀ ਆ, ਸਭ ਲੋਕ ਉਧਰ ਅਰਥ ਆ, ਲੋਕਾਂ ਦੇ ਉਦਾਹਰਣ ਦੇ ਲਈ, ਲੋਕਾਂ ਦੇ ਪਰਉਪਕਾਰ ਲਈ, ਲੋਕਾਂ ਨੂੰ ਬਾਣੀ ਨਾਲ ਜੋੜਨ ਲਈ, ਲੋਕਾਂ ਨੂੰ ਗੁਰਮਤ ਨਾਲ ਜੋੜਨ ਲਈ, ਲੋਕਾਂ ਨੂੰ ਸਕਾਲ ਪੁਰਖ ਪਰਮਾਤਮਾ ਨਾਲ ਜੋੜਨ ਲਈ, ਲੋਕਾਂ ਨੂੰ ਸਹੀ ਸਿੱਖਿਆ ਦੇਣ ਲਈ ਤੀਰਥ ਉਦਮ ਸਤਿਗੁਰ ਕੀ ਆ, ਸਭ ਲੋਕ ਉਧਰਨ ਅਰਥ ਆ, ਮੇਰੇ ਖਿਆਲ ਸਮਝ ਆ। ਬਿਲਕੁਲ ਜੀ, ਹਾਂਜੀ ਵੀਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਗੱਲ ਨੂੰ ਤੁਸੀਂ ਕਹੀ ਅੱਧ ਵਿਚਕਾਰੇ ਵੀ ਨਹੀਂ ਛੱਡ ਸਕਦੇ, ਤਾਂ ਕਿ ਜਿਹੜੀ ਗੱਲ ਦੀ ਅਸੀਂ ਸ਼ੁਰੂਆਤ ਕੀਤੀ ਹੈ ਉਹਦੀ ਸਮਝ ਜਿਹੜੀ, ਉਹਦੀ ਪਕੜ ਜਿਹੜੀ ਹੈ, ਸੰਗਤਾਂ ਨੂੰ ਪੂਰੀ ਤਰ੍ਹਾਂ ਆ ਸਕੇ। ਪ੍ਰੋਗਰਾਮ ਕਰਦੇ ਕਿ ਸਾਡੇ ਕੋਲ ਗਲਤੀ ਹੋ ਗਈ, ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ। ਸਤਿਗੁਰੂ ਜੀ ਦਾ ਕੁਰੂਕਸ਼ੇਤਰ ਜਿਹੜਾ ਆ ਸੂਰਜ ਗ੍ਰਹਿਣ ਦੇ ਮੇਲੇ 'ਤੇ ਜਾਣਾ ਬਹੁਤ ਵੀਰ ਜੀ ਨੇ ਪਿਆਰ ਦੇ ਵਿਸਤਾਰ ਦੇ ਨਾਲ ਸੰਗਤਾਂ ਦੇ ਨਾਲ ਸਾਂਝਾ ਕੀਤਾ, ਕਿਉਂਕਿ ਕਈ ਵਾਰ ਬਾਹਰੋਂ ਇੱਦਾਂ ਦੇ ਪ੍ਰਚਾਰ ਕਰਾਉਂਦੇ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਤੁਹਾਡੇ ਮਨ ਨੂੰ ਜਿਹੜਾ ਆ ਉਹ ਹੋਰ ਕਿਸੇ ਪਾਸੇ ਲੈ ਜਾਂਦੇ, ਪਰ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੈ ਕਿ ਜੋ ਸਤਿਗੁਰ ਦੀ ਸੋਚ ਸੀ ਉਹ ਸਾਰਿਆਂ ਦੇ ਸਿੱਖਾਂ ਦੀ ਸੋਚ ਹੋਣੀ ਚਾਹੀਦੀ ਹੈ। ਇੱਥੇ ਹੀ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂੰ, ਨਾ ਡਰੂੰ ਔਰ ਸੋਚ ਅਬ ਚਾਏ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ।